ਸਾਤਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਭਾਰਤ ਤੇ ਦੁਨੀਆ ਪਰ ਦੇ ਖਾਸ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੇ ਇਸ ਐਮਰਜੈਂਸੀ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਪਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਅੱਜ ਤੜਕੇ-ਤੜਕੇ ਪਈਆਂ ਕਣੀਆਂ ਨੇ ਸਭ ਨੂੰ ਖੁਸ਼ ਕਰ ਦਿੱਤਾ ਸੀ ਲੱਗਦਾ ਸੀ ਜਿਵੇਂ ਸਾਰਾ ਦਿਨ ਮੀਂਹ ਪਊਗਾ ਚੰਡੀਗੜ੍ਹ, ਪੰਚਕੁਲਾ, ਜ਼ਿਰਖਪੁਰ ਅਤੇ ਸਾਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਦੇ ਵਿੱਚ ਹਲਕੀ ਕਿਣਮਣ ਹੋਈ ਹੈ। ਹਲਕਾ-ਹਲਕਾ ਮੀਂਹ ਹੈ ਜਿਹੜਾ ਉਹ 5 ਵਜੇ ਤੋਂ ਲੈ ਕੇ 7-8 ਵਜੇ ਤੱਕ ਕਿਤੇ ਨਾ ਕਿਤੇ ਪੈਂਦਾ ਰਿਹਾ ਪਰ ਬਹੁਤ ਹੀ ਹਲਕਾ ਮੀਂਹ ਹੋਣ ਕਰਕੇ ਪੂਰਾ ਦਿਨ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ। ਕਮੀ ਵੀ ਕਿਤੇ ਪਿਆਸੀ ਅੱਜ ਪਰ ਪੂਰੇ ਪੰਜਾਬ ਦੇ ਵਿੱਚ ਹੋਰ ਕਿਤੇ ਮੀਂਹ ਪੈਣ ਦੀ ਖਬਰ ਨਹੀਂ ਮਿਲੀ 11 ਸਤੰਬਰ ਤੱਕ ਮੌਸਮ ਵਿਭਾਗ ਨੇ ਕੋਈ ਮੀਂਹ ਨਾ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਹਾਲਾਂਕਿ 12 ਤੋਂ ਲੈ ਕੇ 14 ਸਤੰਬਰ ਤੱਕ ਪੰਜਾਬ ਦੇ ਪੱਛਮੀ ਮਾਲਵਾ ਨੂੰ ਛੱਡ ਕੇ ਮਾਝਾ ਦੁਆਬਾ ਤੇ ਪੂਰਬੀ ਮਾਲਵਾ 'ਚ ਕਿਤੇ ਕਿਤੇ ਮੀਂਹ ਪੈ ਸਕਦਾ ਹੈ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ 8 ਤਰੀਕ ਤੋਂ ਲੈ ਕੇ ਯਾਨੀ ਕਿ ਅੱਜ ਤੋਂ ਲੈ ਕੇ ਪਰਸੋਂ ਤੱਕ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ 11 ਤੇ 12 ਨੂੰ ਇੱਥੇ ਮੌਸਮ ਖੁਸ਼ਕ ਰਹੇਗਾ 13 14 ਸਤੰਬਰ ਨੂੰ ਮੁੜ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਸੋ ਪੰਜਾਬ ਤੇ ਹਰਿਆਣਾ ਦੇ ਵਿੱਚ ਕੋਈ ਵੱਡੀ ਭਵਿੱਖਬਾਣੀ ਮੀਂਹ ਨੂੰ ਲੈ ਕੇ ਨਹੀਂ ਆਈ ਹੈ ਉਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਜਿੱਥੇ ਕੱਲ ਹੀ ਸਾਰੇ ਸੈਲਾਨੀਆਂ ਨੂੰ ਸਾਰੇ ਲੋਕਾਂ ਦੀ ਜਾਣਕਾਰੀ ਦੇ ਲਈ ਇਹ ਦੱਸਿਆ ਸੀ ਕਿ ਹਿਮਾਚਲ ਹੁਣ ਖੁੱਲਾ ਹੈ ਸੂਬੇ ਦੇ ਵਿੱਚ ਤੁਸੀਂ ਘੁੰਮਣ ਫਿਰਨ ਦੇ ਲਈ ਆ ਸਕਦੇ ਹੋ ਸਾਰਾ ਜਿਹੜੀਆਂ ਕੁਦਰਤੀ ਆਫਤਾਂ ਸੀ ਉਹਨਾਂ ਦੇ ਉੱਤੇ ਤਕਰੀਬਨ ਤਕਰੀਬਨ ਕਾਬੂ ਪਾ ਲਿਆ ਗਿਆ ਹੈ ਤੇ ਸੂਬਾ ਉਸ ਆਫਤ ਦੇ ਵਿੱਚੋਂ ਨਿਕਲ ਆਇਆ ਹੈ ਪਰ ਅੱਜ ਹੀ ਖਬਰ ਮਿਲੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕਿਨੌਰ ਦਾ ਦੇਸ਼ ਤੇ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਹੈ ਕਿਉਂਕਿ ਸ਼ਿਮਲਾ ਕਿਨੌਰ ਹਾਈਵੇ ਤੇ ਲੰਗੀ ਰਾਤ ਇੱਕ ਵੱਡਾ ਪਹਾੜ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਸੜਕ ਦਾ ਹਿੱਸਾ ਵਹਿ ਗਿਆ ਹੈ ਇਸ ਕਰਕੇ ਇੱਥੋਂ ਹੁਣ ਕੋਈ ਵੀ ਨਹੀਂ ਲੰਘ ਸਕਦਾ ਸੋ ਹਿਮਾਚਲ ਪ੍ਰਦੇਸ਼ ਹਾਲੇ ਵੀ ਸੁਰੱਖਿਅਤ ਨਹੀਂ ਹੈ ਜੇ ਤੁਸੀਂ ਪਹਾੜਾਂ 'ਚ ਜਾਣ ਦਾ ਮਨ ਬਣਾ ਰੱਖਿਆ ਪਲਾਨ ਬਣਾ ਰੱਖਿਆ ਤਾਂ ਅਸੀਂ ਜ਼ਰੂਰ ਸਲਾਹ ਦੇਾਂਗੇ ਕਿ ਤੁਸੀਂ ਮੁੱਲਤਵੀ ਕਰ ਦਿਓ ਹਿਮਾਚਲ ਪ੍ਰਦੇਸ਼ ਤੋਂ ਇੱਕ ਹੋਰ ਹਾਦਸੇ ਦੀ ਖਬਰ ਹੈ ਤੇ ਸ਼ਿਮਲਾ ਜ਼ਿਲ੍ਹੇ ਦੇ ਠਯੋਗ ਉਪਮੰਡਲ ਦੇ ਵਿੱਚ ਅੱਜ ਇੱਕ ਬੱਸ ਰੁੱਖ ਦੇ ਨਾਲ ਟਕਰਾ ਕੇ ਪਲਟ ਗਈ ਪਲਟ ਗਈ 10 ਜਣੇ ਜ਼ਖਮੀ ਹੋ ਗਏ ਬੱਸ ਸ਼ਿਮਲਾ ਤੋਂ ਥਰੋ ਚ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਪੁਲਿਸ ਮੁਤਾਬਕ ਡਰਾਈਵਰ ਬਸ ਤੇ ਕੰਟਰੋਲ ਗਵਾ ਬੈਠਾ ਜਿਸ ਕਰਕੇ ਬੱਸ ਰੁੱਖ ਨਾਲ ਟਕਰਾ ਗਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 710 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਫੀਲਡ ਦੇ ਵਿੱਚ ਨਵੇਂ ਪਟਵਾਰੀ ਉਤਾਰਨ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਲਾਨ ਵੀ ਕੀਤਾ ਹੈ ਪਟਵਾਰੀਆਂ ਦਾ ਟ੍ਰੇਨਿੰਗ ਭੱਤਾ 5000 ਤੋਂ ਵਧਾ ਕੇ 18000 ਰੁਪਏ ਕਰਨ ਦਾ ਐਲਾਨ ਕੀਤਾ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਜੇ ਕਲਮਾ ਛੱਡਣ ਦੀ ਧਮਕੀ ਦਿਓਗੇ ਤਾ ਫਿਰ ਆਪਣੀ ਨਹੀਂ ਬਣਨੀ ਜਿੰਨੀ ਕਲਮ ਵਰਤੋਂਗੇ ਓਨੇ ਪਤਕੇ ਪੱਤੇ ਵਧਣਗੇ ਮੁੱਖ ਮੰਤਰੀ ਮਾਨ ਨੇ ਦਾਵਾ ਕੀਤਾ ਕਿ ਪਹਿਲਾਂ ਇਹ ਪੱਤਾ 5000 ਹੁੰਦਾ ਸੀ ਜਿਸ ਨੂੰ ਉਹਨਾਂ ਦੀ ਸਰਕਾਰ ਨੇ 14000 ਰੁਪਏ ਵਧਾ ਦਿੱਤਾ ਹੈ ਕਾਗਜ਼ੀ ਕਾਰਵਾਈਆਂ ਅਸੀਂ ਕਰ ਲਾਂਗੇ ਪਰ ਲਾਗੂ ਅਸੀਂ ਕੱਲ ਤੋਂ ਜਾਂ ਪਰਸੂ ਤੋਂ ਸੀ ਜਿੱਥੇ ਵੀ ਸਾਨੂੰ ਲੈ ਕੇ ਆਉਣ ਅਸੀਂ ਤੁਹਾਨੂੰ ਪਰ ਇੱਕ ਸ਼ਰਤ ਹੈ ਹੁਣ ਮੈਂ ਅੱਗੇ ਅਨਾਊਂਸਮੈਂਟ ਕਰ ਦਿੱਤਾ ਹੈ ਵੀ ਕਲਮ مشهور ਹੜਤਾਲ ਵਾਲਾ ਮੈਨੂੰ ਪੰਗਾ ਨਹੀਂ ਪੈਣਾ ਚਾਹੀਦਾ ਤੁਸੀਂ ਕਲਮ ਜਿੰਨੀ ਯੂਜ਼ ਕਰੋਗੇ ਪੱਤੇ ਉਨੇ ਹੀ ਵਧਣਗੇ ਜਿੰਨੀਆਂ ਕਲਮ ਛੋੜ ਦਿਆਂ ਧਮਕੇ ਦਿਓਗੇ ਫਿਰ ਮੈਂ ਜ਼ਿੰਮੇਵਾਰ ਹੋਗਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰਾ ਕਰੋ 5000 ਤੋਂ ਇਹ ਪੱਤਾ ਵਧਾ ਕੇ ਅਸੀਂ 18000 ਰੁਪਏ ਲੈਨੇ ਸੀਐਮ ਆਨੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ ਤੇ ਰਿਸ਼ਵਤ ਲੈਣ ਨੂੰ ਇੱਕ ਮਾਨਸਿਕ ਬਿਮਾਰੀ ਦੱਸਿਆ ਮਜ਼ਾਕੀਆ ਅੰਦਾਜ਼ ਦੇ ਵਿੱਚ ਨਵੇਂ ਪਟਵਾਰੀਆਂ ਨੂੰ ਕਿਹਾ ਕਿ ਕਾਗਜ਼ੀ ਕਾਰਵਾਈਆਂ ਸਰਕਾਰ ਖੁਦ ਕਰੂਗੀ ਪਰ ਇੱਕ ਸ਼ਰਤ ਹੈ ਕਿ ਕਲਮ ਛੱਡੋ ਵਾਲਾ ਪੰਗਾ ਨਹੀਂ ਪੈਣਾ ਚਾਹੀਦਾ ਹੁਣ ਤੁਹਾਡੀ ਤੋਂ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਦੋਂ ਤੁਸੀਂ ਜਾਓਗੇ ਫੀਲਡ ਦੇ ਵਿੱਚ ਬਹੁਤ ਲੱਖਾਂ ਲੋਕਾਂ ਦੀਆਂ ਤੁਹਾਡੇ ਤੋਂ ਉਮੀਦਾਂ ਹੋਣਗੀਆਂ ਇੱਕ ਕਲਮ ਤੇ ਤੁਹਾਡੇ ਦਸਤ ਕਲਮ ਨਾਲ ਤੁਹਾਡੇ ਦਸਤਕ ਤੁਹਾਡੇ ਸਾਈਨ ਉਸ ਕਰਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਵੀ ਲੈ ਸਕਦੇ ਆ ਤੇ ਜੇ ਇੱਕ ਗਲਤ ਸਾਈਨ ਹੋ ਗਏ ਜਾਂ ਜਾਣੂਜ ਕੇ ਗਲਤ ਕਰਵਾ ਲਏ ਗਏ ਜਾਂ ਜਿਵੇਂ ਵੀ ਹੋਇਆ ਤਾਂ ਉਸ ਕਰਦੇ ਵਿੱਚ ਕਤਲਾਂ ਤੱਕ ਵੀ ਗੱਲ ਪਹੁੰਚ ਸਕਦੀ ਹੈ ਕਿਉਂਕਿ ਪਟਵਾਰੀ ਦਾ ਉਹਦਾ ਜਿਹੜਾ ਉਹ ਜ਼ਮੀਨਾਂ ਨਾਲ ਜੁੜਿਆ ਹੋਇਆ ਤੇ ਆਪਣੇ ਮੰਨੇ ਜਾਂਦਾ ਵੱਟ ਪਿੱਛੇ ਬੰਦਾ ਮਾਰ ਦਿੰਦੇ ਆ। ਸੋ ਇਸ ਕਰਕੇ ਤੁਹਾਡੇ ਤੋਂ ਵੀ ਉਮੀਦ ਕਰਦੇ ਆ ਕਿ ਤੁਸੀਂ ਸਹੀ ਫੈਸਲੇ ਕਰੋਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤ ਦੇ ਪੰਜ ਨਾਮ ਵੀ ਗਿਣਵਾਏ ਕਹਿੰਦੇ ਰਿਸ਼ਵਤ ਦੇ ਕਈ ਤਰ੍ਹਾਂ ਦੇ ਨਾਮ ਨੇ ਜੇ ਤੁਹਾਨੂੰ ਕੋਈ ਕਹੇ ਕਿ ਚਾਹ ਪਾਣੀ ਪਿਆ ਦਿਓ ਸਾਡੇ ਬਾਰੇ ਵੀ ਸੋਚ ਲਿਆ ਕਰੋ ਸੇਵਾ ਪਾਣੀ ਕਰ ਦਿਓ ਡੋਨੇਸ਼ਨ ਦੇ ਦਿਓ ਕਿਉਂਕਿ ਸਕੂਲਾਂ ਦੇ ਵਿੱਚ ਕਰਪਸ਼ਨ ਨੂੰ ਡੋਨੇਸ਼ਨ ਕਹਿੰਦੇ ਨੇ ਕਾਰ ਖਰੀਦਣ ਵੇਲੇ ਕਰਪਸ਼ਨ ਦਾ ਨਾਮ ਪ੍ਰੀਮੀਅਮ ਹੁੰਦਾ ਹੈ ਸੋ ਇਹ ਪੰਜ ਨਾਮ ਨੇ ਜਿਹੜੇ ਸੀਐਮ ਨੇ ਤੁਹਾਨੂੰ ਦੱਸੇ ਨੇ ਜਨਤਕ ਤੌਰ ਤੇ ਕਿ ਇਹ ਰਿਸ਼ਵਤ ਦੇ ਹੀ ਨਾਮ ਨੇ ਮੰਨਿਆ ਕਿ ਇਹ ਕਿ ਰਿਸ਼ਵਤ ਹਮੇਸ਼ਾ ਉੱਤੇ ਤੋਂ ਲੈ ਕੇ ਹੇਠਾਂ ਵੱਲ ਚੱਲਦੀ ਹੈ ਕਿਹੜੇ ਨਾਮ ਨੇ ਰਿਸ਼ਵਤ ਦੇ ਚਾਹ ਪਾਣੀ ਸੇਵਾ ਥੋੜਾ ਸਾਡੇ ਬਾਰੇ ਵੀ ਸੋਚ ਲਿਆ ਕਰੋ ਅਗਲੇ ਬੁੱਧਵਾਰ ਨੂੰ ਆਈ ਇਹ ਸਾਰੇ ਰਿਸ਼ਮਤ ਦੇ ਨਾਂ ਨੇ ਆਪਣੀ ਸਰਕਾਰ ਦੀਆਂ ਸਿਫਤਾਂ ਕਰਦਿਆਂ ਸੀ ਇਹ ਮੰਨਨੇ ਕਿਹਾ ਕਿ 12700 ਅਧਿਆਪਕਾਂ ਦੇ ਨਾਂ ਮੁਰੇ ਹੋ ਸੀ ਕੱਚਾ ਸ਼ਬਦ ਹਟਾ ਦਿੰਦਾ ਹੈ ਇਹਨਾਂ ਨੂੰ ਪੱਕੇ ਕਰ ਦਿੰਦਾ ਹੈ ਤਿੰਨ ਗੁਣਾ ਤਨਖਾਹਾਂ ਵਧਾਈਆਂ ਨੇ ਪੰਜਾਬ 'ਚ 12 ਟੋਲ ਪਲਾਜ਼ੇ ਕਹਿੰਦੇ ਬੰਦ ਕਰਵਾ ਦਿੱਤੇ ਨੇ ਪੰਜਾਬ ਤੇ ਕੋਈ ਨਵਾਂ ਕਰਜ਼ਾ ਅਸੀਂ ਨਹੀਂ ਚੜਨ ਦਿੱਤਾ ਹੁੰਦੇ ਪਹਿਲਾਂ ਵੀ ਸੀ ਭਰਤੀ ਪੇਪਰ ਪਹਿਲਾਂ ਵੀ ਬਹੁਤ ਵਧੀਆ ਹੁੰਦੇ ਸੀ ਨੰਬਰ ਪਹਿਲਾਂ ਵੀ ਬਹੁਤ ਵਧੀਆ ਹੁੰਦੇ ਸੀ ਪਰ ਚੜਾਵੇ ਚੜਦੇ ਸੀ ਉਹ ਐਦੇ ਚੋਂ ਆ ਗਿਆ ਹਾ ਕੋਟੇ ਚੋਂ ਆ ਗਿਆ ਚਲੋ ਜੀ ਜਿਹੜੇ ਅਸਲੀ ਸੌ ਰਹੇ ਜਾਂਦੇ ਸੀ ਸਹੀ ਸੀ ਨਾ ਐਦਾਂ ਹੀ ਹੁੰਦਾ ਸੀ ਔਰ ਪਟਵਾਰੀ ਵਾਸਤੇ ਕੋਈ ਪੈਸਾ ਨਾ ਲੱਗੇ ਪਟਵਾਰੀ ਦੀ ਨੌਕਰੀ ਲੈਣ ਵਾਸਤੇ ਕੋਈ ਪੈਸਾ ਨਾ ਲੱਗੇ ਬਿਲਕੁਲ ਉਵੇਂ ਜਿਵੇਂ ਜਿਵੇਂ ਸਰੁੰਦਰ ਦੇ ਵਿੱਚ ਤੁਸੀਂ ਗੋਤਾ ਲਾ ਕੇ ਸੁੱਕੇ ਨਿਕਲੇ ਹੋ ਹੁਣ ਕੀ ਹੈ ਹੁਣ ਇਹ ਤਾਂ ਵਧਾਈਆਂ ਤਾਂ ਹੋ ਗਈਆਂ ਤੁਹਾਨੂੰ ਹੁਣ ਵੀ ਤੁਸੀਂ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਕਿਸੇ ਪੈਸੇ ਤੋਂ ਆਏ ਹੋ ਸੋ ਹੁਣ ਵੱਡਾ ਸਵਾਲ ਇਹ ਹੈ ਕਿ ਜਿਹੜੇ ਪਿਛਲੇ ਸਾਲ ਭਰਤੀ ਕੀਤੇ ਪਟਵਾਰੀ ਸਨ 2022 ਦੇ ਵਿੱਚ ਉਹਨਾਂ ਨੇ ਸਾਨੂੰ ਆਪਣੀ ਸਮੱਸਿਆ ਦੱਸੀ ਸੀ ਕਿ ਉਹਨਾਂ ਦੇ ਨਾਲ ਵਾਅਦਾ ਤਾਂ ਕੀਤਾ ਗਿਆ ਸੀ ਕਿ ਉਹਨਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ 19900 ਰੁਪਏ ਬੇਸਿਕ ਸੈਲਰੀ ਹੈ ਜਿਹੜੀ ਉਹ ਹਰ ਮਹੀਨੇ ਮਿਲਿਆ ਕਰੇਗੀ ਪਰ ਕਹਿੰਦੇ ਸਾਨੂੰ 5000 ਹੀ ਦਿੱਤਾ ਜਾ ਰਿਹਾ ਤੇ ਪਿਛਲੇ ਕਈ ਮਹੀਨਿਆਂ ਤੋਂ ਤਾਂ ਤਨਖਾਹਾਂ ਹਾਂ ਹੀ ਨਹੀਂ ਆਈਆਂ ਯਾਨੀ ਕਿ 5000 ਵੀ ਨਹੀਂ ਆਇਆ ਸੋ ਸਵਾਲ ਇਹ ਹੈ ਕਿ ਇਹਨਾਂ ਜਿਹੜੇ ਪਿਛਲੇ ਸਾਲ ਭਰਤੀ ਕੀਤੇ ਸੀ ਇਹਨਾਂ ਨੂੰ ਵੀ ਹੁਣ 18000 ਰੁਪਏ ਪੱਤਾ ਦਿੱਤਾ ਜਾਊਗਾ ਹਾਲਾਂਕਿ ਹੁਣ ਤਾਂ ਇਹਨਾਂ ਨੇ ਰੈਗੂਲਰ ਹੋਣ ਦੇ ਯੋਗ ਹੋ ਜਾਣਾ ਹੈ ਪ੍ਰੋਵੀਸ਼ਨ ਪੀਰੀਅਡ ਇਹਨਾਂ ਦਾ ਖਤਮ ਹੋ ਜਾਣਾ ਹੈ ਰੈਗੂਲਰ ਕਰਮਚਾਰੀ ਬਣ ਜਾਣਗੇ ਤਾਂ ਇਹਨਾਂ ਨੂੰ ਕਿੰਨੀ ਤਨਖਾਹ ਦਿੱਤੀ ਜਾਵੇਗੀ ਇਹ ਵੀ ਜ਼ਰੂਰ ਸਰਕਾਰ ਦੀ ਜਵਾਬਦੇਹੀ ਬਣਦੀ ਹੈ ਸੋ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 710 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਤਾਂ ਸ਼ਨੀਚਾਰਵਾਰ ਨੂੰ 500 ਸਬ ਇਨਸਪੈਕਟਰਾਂ ਨੂੰ ਜਲੰਧਰ ਦੇ ਵਿੱਚ ਨਿਯੁਕਤੀ ਪੱਤਰ ਵੰਡਣਗੇ 560 ਸਬ ਇਨਸਪੈਕਟਰ ਭਰਤੀ ਹੋਏ ਸੀ ਪਰ 60 ਛੱਡ ਗਏ ਨੇ ਤੇ ਹੁਣ ਜਿਹੜਾ ਹੈਗਾ 500 ਨੂੰ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਪੰਜਾਬ 'ਚ ਹਰ ਸਾਲ 2000 ਸਿਪਾਈ ਤੇ 500 ਸਬ ਇਨਸਪੈਕਟਰ ਭਰਤੀ ਕੀਤੇ ਜਾਇਆ ਕਰਨਗੇ ਅੱਜ ਹੀ ਮੈਂ ਕੈਬਨਿਟ ਦੇ ਵਿੱਚ ਇੱਕ ਫੈਸਲਾ ਕਰਕੇ ਆਇਆ ਹਾਂ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਰੈਂਕਸ ਦੇ ਹਰ ਸਾਲ 2100 ਤੋਂ ਜ਼ਿਆਦਾ ਮੁੰਡੇ ਕੁੜੀਆਂ ਭਰਤੀ ਕੀਤੇ ਜਾਂਦੇ ਸਬ ਇੰਸਪੈਕਟਰ 1800 ਕਨਸਟੇਬਲ ਸਬ ਇੰਸਪੈਕਟਰ ਹੈੱਡ ਕਨਸਟੇਬਲ ਔਰ ਉਹਨਾਂ ਦਾ ਮੈਂ ਪਹਿਲਾਂ ਦੱਸਣ ਲੱਗਿਆ ਤੁਹਾਨੂੰ ਕਿ ਜਨ ਅੱਜ ਕੈਬਨਟ ਦਾ ਫੈਸਲਾ ਕੀਤਾ ਜਨਵਰੀ ਚ ਨੋਟੀਫਿਕੇਸ਼ਨ ਹੋਊਗਾ ਮਈ ਤੇ ਜੂਨ ਚ ਰਿਟਰਨ ਟੈਸਟ ਹੋਊਗਾ ਸੈਪਟੈਮਬਰ ਸੈਪਟੈmber 15 ਤੋਂ 30 ਦੇ ਲਗਭਗ ਸੈਪਟੈਮਬਰ ਦੇ ਵਿੱਚ ਤੁਹਾਡਾ ਫਿਜ਼ੀਕਲ ਟੈਸਟ ਹੋਊਗਾ ਅਕਤੂਬਰ ਨਵੰਬਰ ਚ ਤੁਹਾਨੂੰ ਨਿਯੁਕਤੀ ਪੱਤਰ ਮਿਲ ਜਾਊਗਾ ਹਰ ਸਾਲ ਸੋ ਜਿੱਥੇ ਜਲੰਧਰ ਦੇ ਵਿੱਚ ਸੀਐਮ ਮਾਨ ਦੇ ਵੱਲੋਂ 500 ਨਵੇਂ ਇਨਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ ਉੱਥੇ ਹੀ ਮਾਨਸਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੰਜਾਬ ਦੀ ਸਿਆਸਤ ਨੂੰ ਵੀ ਪਖਾ ਦਿੱਤਾ ਹੈ ਮਾਨਸਾ ਦੇ ਐਸਐਸਪੀ ਦਫ਼ਤਰ ਦੇ ਵੱਲੋਂ ਜਾਰੀ ਇੱਕ ਚਿੱਠੀ ਦੇ ਮੁਤਾਬਕ ਪੰਜਾਬ ਚ 7 ਸਬ ਇਨਸਪੈਕਟਰ ਭਰਤੀ ਕੀਤੇ ਗਏ ਨੇ ਜਿਨ੍ਹਾਂ ਨੂੰ 9 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦੇ ਪੀਏਪੀ ਗਰਾਊਂਡ ਦੇ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣਗੇ ਤੇ ਜਿਹੜੇ 7 ਉਮੀਦਵਾਰਾਂ ਦੇ ਨਾਮ ਦੱਸੇ ਗਏ ਨੇ ਉਹਨਾਂ ਵਿੱਚ ਸਿਰਫ ਇੱਕ ਉਮੀਦਵਾਰ ਹੀ ਪੰਜਾਬ ਦੇ ਬਠਿੰਡਾ ਨਾਲ ਸੰਬੰਧਿਤ ਹੈ ਜਦ ਕਿ ਬਾਕੀ ਦੇ 6 ਉਮੀਦਵਾਰ ਹਰਿਆਣਾ ਨਾਲ ਸੰਬੰਧਿਤ ਨੇ ਜਿਸ ਤੇ ਵਿਰੋਧੀ ਪਾਰਟੀਆਂ ਨੇ ਸੀਐਮ ਭਗਵੰਤ ਮਾਨ ਨੂੰ ਤਿੱਖਾ ਘੇਰਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕ੍ਰਮ ਸਿੰਘ ਮਜੀਠੀਆ ਨੇ ਕਿਹਾ ਸਵਾਲ ਕੀਤੇ ਨੇ ਮੁੱਖ ਮੰਤਰੀ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਤੁਸੀਂ ਨਾ ਨੌਜਵਾਨਾਂ ਦੀ ਭਰਤੀ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਵਿਦੇਸ਼ ਜਾਣ ਨੂੰ ਕਿਵੇਂ ਰੋਕੋਗੇ ਹੈਰਾਨੀ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਚ ਭਰਤੀ ਕੀਤੇ ਗਏ 7 ਸਬ ਇਨਸਪੈਕਟਰਾਂ ਵਿੱਚੋਂ 6 ਹਰਿਆਣੇ ਦੇ ਨੇ ਪਿਛਲੀਆਂ ਨਿਯੁਕਤੀਆਂ ਦੀ ਵੀ ਕਹਿੰਦੇ ਇਹੀ ਕਹਾਣੀ ਸੀ ਲੱਖਾਂ ਨੌਕਰੀਆਂ ਦਾ ਵਾਅਦਾ ਕਰਨ ਤੋਂ ਬਾਅਦ ਤੁਹਾਡੀ ਸਰਕਾਰ ਸਾਡੇ ਨੌਜਵਾਨਾਂ ਨਾਲ ਬਿਤਕਰਾ ਕਰ ਰਹੀ ਹੈ ਗੁਆਂਡੀ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੀ ਹੈ ਇਸੇ ਤਰ੍ਹਾਂ ਕਾਂਗਰਸ ਦੇ ਪੁਲਸਤੋਂ ਵਿਧਾਇਕ ਸੁਖਪਾਲ ਖੈਰਾ ਨੇ ਵੀ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਿਆ ਤੇ ਪੁੱਛਿਆ ਕਿ ਕਿਉਂ ਨਾ ਆਖਿਰਕਾਰ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾਣ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਵੱਲੋਂ ਭਰਤੀ ਕੀਤੇ ਮਾਨਸਾਂ ਦੇ ਲਈ ਦੇ 7 ਸਬ ਇਨਸਪੈਕਟਰਾਂ ਵਿੱਚੋਂ ਸਿਰਫ 6 ਹੀ ਲੁਧਿਆਣਾ ਦੇ ਨੇ ਫਿਰ ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਨੌਜਵਾਨ ਦੂਸਰੇ ਮੁਲਕਾਂ ਦੇ ਵਿੱਚ ਨਾ ਜਾਣ ਯਾਨਕਿ ਇੱਥੇ ਰਹਿ ਕੇ ਬੇਰੁਜ਼ਗਾਰੀ ਦਾ ਸ਼ਿਕਾਰ ਹੁੰਦੇ ਰਹਿਣ ਤੇ ਜੇ ਪਟਵਾਰੀਆਂ ਦੀ ਹੜਤਾਲ ਦੀ ਗੱਲ ਕਰ ਲਈਏ ਤਾਂ ਹੜਤਾਲ ਲਗਾਤਾਰ ਜਾਰੀ ਹੈ ਤੇ ਹੁਣ ਪੰਜਾਬ ਦੇ ਵਿੱਚ ਪਟਵਾਰੀਆਂ ਵਾਲਾ ਕੰਮ ਪਿੰਡ ਦੇ ਸਰਪੰਚ ਨੰਬਰਦਾਰ ਹੈਡਮਾਸਟਰ ਅਤੇ ਹੋਰਾਂ ਨੂੰ ਦੇ ਦਿੱਤਾ ਗਿਆ ਹੈ ਸੋ ਪਟਵਾਰੀਆਂ ਦੇ ਰਾਹੀ ਜਿਹੜੇ ਤੁਹਾਡੇ ਕੰਮ ਹੁੰਦੇ ਨੇ ਉਹ ਰੋਕਣਗੇ ਨਹੀਂ ਉਹਨਾਂ ਦਾ ਚਾਰਜ ਹੋਰਨਾ ਡਿਪਾਰਟਮੈਂਟਸ ਨੂੰ ਹੋਰਨਾ ਵਿਭਾਗਾਂ ਨੂੰ ਦੇ ਦਿੱਤਾ ਗਿਆ ਹੈ ਪੰਜਾਬ ਪਰ ਦੇ ਪਟਵਾਰੀਆਂ ਦੇ ਵੱਲੋਂ ਜਿਹੜੀ ਹੜਤਾਲ ਸੀ ਉਹ ਲਗਾਤਾਰ ਜਾਰੀ ਹੈ 11 ਸਤੰਬਰ ਦਾ ਦਿਨ ਵੀ ਆਉਣ ਵਾਲਾ ਹੈ ਜਦੋਂ ਪਟਵਾਰੀਆਂ ਨੇ ਸਰਕਾਰ ਨੂੰ ਜਦੋਂ ਤੱਕ ਦੇ ਲਈ ਅਲਟੀਮੇਟਮ ਦਿੱਤਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ 11 ਨੂੰ ਅਸੀਂ ਮੁਕੰਮਲ ਕਲਮਾ ਛੱਡ ਦੇਵਾਂਗੇ ਹਾਲੇ ਤਾਂ ਬੱਦੂ ਸਰਕਲਾਂ ਦਾ ਚਾਰ ਛੱਡਿਆ ਆਪਣੇ ਤੇ ਕੰਮ ਕਰ ਰਹੇ ਨੇ ਆਪਣੇ ਸਰਕਲਾਂ ਦੇ ਪਰ ਕਹਿੰਦੇ ਜੇ ਉਹ ਤੱਕ ਮੰਗਾ ਨਾ ਮੰਨੀਆਂ ਤਾਂ ਇਹ ਰੋਸ ਮੁਜ਼ਾਹਰਾ ਵੱਡੇ ਪੱਧਰ ਤੇ ਹੋਵੇਗਾ ਇਹਨਾਂ ਦੇ ਪਰਿਵਾਰਾਂ ਦੇ ਨਾਲ ਹੋਵੇਗਾ ਸੋ ਇੱਕ ਪਾਸੇ ਜਿੱਥੇ ਪਟਵਾਰੀ ਹੜਤਾਲ ਤੇ ਨੇ ਦੂਸਰੇ ਪਾਸੇ ਲੁਧਿਆਣਾ ਦੇ ਡੀਸੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪਟਵਾਰੀਆਂ ਅਤੇ ਹੜਤਾਲ ਤੇ ਗਏ ਹੋਰ ਕਾਮਿਆਂ ਦੀ ਥਾਂ ਵਿਭਾਗ ਦੇ ਹੋਰ ਨਾ ਅਫਸਰਾਂ ਨੂੰ ਵਾਧੂ ਚਾਰਜ ਦੇ ਦਿੱਤੇ ਨੇ ਨਵੇਂ ਹੁਕਮਾਂ ਚ ਕਿਹਾ ਗਿਆ ਕਿ ਤਸਦੀਕ ਲਈ ਜੇ ਪਟਵਾਰੀ ਉਪਲਬਧ ਨਹੀਂ ਹੈ ਤਾਂ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਪਿੰਡ ਦੇ ਸਰਪੰਚ ਪਿੰਡ ਦੇ ਨੰਬਰਦਾਰ ਅਤੇ ਹੈਡਮਾਸਟਰਾਂ ਤੋਂ ਤੁਸੀਂ ਤਸਦੀਕ ਕਰਵਾ ਸਕਦੇ ਹੋ ਲੈਂਡ ਰਿਕਾਰਡ ਸਬੰਧੀ ਰਿਪੋਰਟ ਤਹਿਸੀਲ ਚ ਮੌਜੂਦ ਏਐਸਐਮਐਨ ਜਾਰੀ ਕਰੂਗਾ ਪਟਵਾਰੀਆਂ ਨਾਲ ਸਬੰਧਿਤ ਔਰ ਵੀ ਕਈ ਕੰਮਕਾਜ ਤਹਿਸੀਲ ਦਫਤਰ ਦੇ ਵਿੱਚ ਮੌਜੂਦ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ ਨੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮੰਡੀ ਅਹਿਮਦਗੜ੍ਹ ਤੋਂ ਵੀ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਐਸਮਾ ਲਾਗੂ ਕਰਨ ਦੇ ਵਿਰੋਧ ਵਿੱਚ ਰੈਵਨਿਊ ਪਟਵਾਰ ਯੂਨੀਅਨ ਨੇ ਐਸਮਾ ਦੀਆਂ ਕਾਪੀਆਂ ਸਾੜ ਦਿੱਤੀਆਂ ਮੰਡੀ ਅਹਿਮਦਗੜ੍ਹ ਦੇ ਤਹਿਸੀਲ ਦਫਤਰ ਵਿਖੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਸਣੇ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਪਿਛਲੇ 1.5 ਸਾਲ ਦੇ ਰਾਜ ਭਾਗ ਦੌਰਾਨ ਲਗਾਤਾਰ ਪਟਵਾਰੀਆਂ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਜਾਣ ਦੇਖੀ ਕੀਤੀ ਹੈ ਜਿਸ ਕਾਰਨ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਦੇ ਰਾਹ ਪੈ ਗਏ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਕੁਝ ਹੋਰ ਜਾਣਕਾਰੀਆਂ ਵੀ ਤੁਹਾਨੂੰ ਦੇ ਦਿੰਨੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ 15000 ਤੋਂ ਵੱਧ ਸੂਬੇ ਦੇ ਕਿਸਾਨਾਂ ਨੂੰ ਨਰਮੇ ਦੇ ਬੀਜਾਂ ਦੀ 269 ਲੱਖ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਹੈ ਦਰਅਸਲ ਪੰਜਾਬ ਸਰਕਾਰ ਨੇ ਨਰਮੇ ਦੇ ਬੀਜਾਂ ਤੇ 33% ਸਬਸਿਡੀ ਦੇਣ ਦਾ ਐਲਾਨ ਕੀਤਾ ਸੀ ਤੇ ਉਸ ਵਾਅਦੇ ਮੁਤਾਬਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਸੂਬੇ ਦੇ 15541 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2.79 ਕਰੋੜ ਰੁਪਏ ਦੀ ਸਬਸਿਡੀ ਪਾ ਦਿੱਤੀ ਹੈ ਇਸ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯਾਨੀ ਕਿ ਪੀਏਯੂ ਦੇ ਵੱਲੋਂ ਪ੍ਰਮਾਣਿਤ ਨਰਮੇ ਦੇ ਬੀਜਾਂ ਉੱਤੇ ਹੀ ਦਿੱਤੀ ਜਾ ਰਹੀ ਹੈ ਯਾਨੀ ਕਿ ਜਿਹੜੇ ਬੀਜ ਯੂਨੀਵਰਸਿਟੀ ਨੇ ਸੁਝਾਏ ਸੀ ਕਿਸਾਨਾਂ ਨੂੰ ਕਿ ਇਹ ਬੀਜਣੇ ਨੇ ਉਹਨਾਂ ਤੇ ਹੀ ਸਬਸਿਡੀ ਮਿਲੇਗੀ ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਨੇ ਪਹਿਲੇ ਪੜਾਅ ਤਹਿਤ 71632 ਲਾਪਾਤਰੀ ਕਿਸਾਨਾਂ ਨੂੰ 14 ਕਰੋੜ 33 ਲੱਖ ਰੁਪਏ ਜਾਰੀ ਕੀਤੇ ਸਨ ਪੰਜਾਬ ਸਰਕਾਰ ਨੇ ਪੁਲਿਸ ਦੀ ਅਗਲੀ ਭਰਤੀ ਨੂੰ ਲੈ ਕੇ ਵੀ ਅਹਿਮ ਫੈਸਲਾ ਲਿਆ ਹੈ ਹੁਣ ਪੁਲਿਸ ਦੇ ਵਿੱਚ ਟਰਾਂਸਜੈਂਡਰ ਵੀ ਭਰਤੀ ਕੀਤੇ ਜਾਣਗੇ ਇਸ ਦੇ ਲਈ ਬਾਕਾਇਦਾ ਤੌਰ ਤੇ ਸਾਰਾ ਸਿਸਟਮ ਵੀ ਬਦਲਿਆ ਗਿਆ ਹੈ ਟਰਾਂਸਜੈਂਡਰ ਦੀ ਭਰਤੀ ਦਰਮਿਆਨ ਵਿਦਿਅਕ ਯੋਗਤਾ ਤਾਂ ਸਾਰੇ ਵਰਗਾਂ ਲਈ ਬਰਾਬਰ ਹੋਏਗੀ ਯਾਨੀ ਕਿ ਜਿਹੜੀ ਯੋਗਤਾ ਪੁਰਸ਼ਾਂ ਤੇ ਔਰਤਾਂ ਦੇ ਲਈ ਹੁੰਦੀ ਹੈ ਉਹੀ ਇਹਨਾਂ ਦੇ ਲਈ ਹੋਏਗੀ ਜਦਕਿ ਟਰਾਂਸਜੈਂਡਰਾਂ ਦੀ ਸਰੀਰਕ ਮਾਪ ਅਤੇ ਫਿਜ਼ੀਕਲ ਸਕਰੀਨਿੰਗ ਸੰਬੰਧੀ ਟੈਸਟ ਹੈ ਜਿਹੜਾ ਉਹ ਮਹਿਲਾ ਉਮੀਦਵਾਰਾਂ ਦੀ ਤਰ੍ਹਾਂ ਤੇ ਹੀ ਹੋਣਗੇ ਯਾਨੀ ਕਿ ਫਿਜ਼ੀਕਲ ਟੈਸਟ ਇਹਨਾਂ ਨੂੰ ਵਿਮਨ ਕੈਟਾਗਰੀ ਦੇ ਆਧਾਰ ਤੇ ਜਿਹੜਾ ਹੈਗਾ ਉਹ ਲਏ ਜਾਣਗੇ ਇਹਨਾਂ ਤੋਂ ਇਹਨਾਂ ਨੂੰ ਜਾਤੀ ਸੰਬੰਧੀ ਰਾਖਵਾਂਕਰਨ ਵੀ ਮਿਲੇਗਾ ਜੋ ਇਹਨਾਂ ਦੇ ਜਨਮਦਾਤਾ ਪਰਿਵਾਰ ਦੀ ਜਾਤੀ ਤੇ ਆਧਾਰਿਤ ਹੋਵੇਗਾ ਹੁਣ ਹੈਂਡੀਕੈਪ ਦੇ ਹੋਰ ਵਰਗਾਂ ਦੇ ਵਾਂਗੂ ਟਰਾਂਸਜੈਂਡਰਾਂ ਦਾ ਵੀ ਕੋਟਾ ਤੈਅ ਹੋਵੇਗਾ ਇਸ ਸੰਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹਾਲੀ ਵਿੱਚ ਸਟੈਂਡਿੰਗ ਆਰਡਰ ਜਾਰੀ ਕੀਤੇ ਨੇ ਯਾਨੀ ਕਿ ਇੱਕ ਵੱਖਰਾ ਕੋਟਾ ਜਿਹੜਾ ਹੈਗਾ ਉਹ ਰੱਖਿਆ ਜਾਵੇਗਾ ਰਾਖਵਾਂਕਰਨ ਜਿਹੜਾ ਉਹ ਰੱਖਿਆ ਜਾਵੇਗਾ ਜਿਵੇਂ ਬਾਕੀ ਵਰਗਾਂ ਦੇ ਲਈ ਹੁੰਦਾ ਹੈ ਹੈਂਡੀਕੈਪਡ ਜਾਂ ਫਿਰ ਆਜ਼ਾਦੀ ਕੁਲਾਟੀ ਜਾਂ ਬਹੁਤ ਸਾਰੇ ਜਿਹੜੇ ਰਾਖਵੇਂਕਰਨ ਹੁੰਦੇ ਨੇ ਉਹ ਵੀ ਇਹ ਹੁਣ ਟ੍ਰਾਂਸੈਂਟਰਾ ਦੀ ਭਾਰਤੀ ਵੀ ਰੱਖਵੇਂ ਕਰਨ ਤਹਿਤ ਹੋਵੇਗੀ ਉੱਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ 'ਚ ਦਿੱਲੀ ਚੋਰੇ G20 ਸੰਮੇਲਨ ਦੇ ਵਿਰੁੱਧ ਕੇਂਦਰ ਸਰਕਾਰ ਦੇ ਪੁਤਲੇ ਫੁੱਕੇ ਪੰਜਾਬ ਦੇ ਵਿੱਚ 90 ਥਾਵਾਂ ਤੇ ਪੁਤਲਾ ਫੁੱਕ ਮੁਜ਼ਾਰੇ ਕੀਤੇ ਗਏ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਭੰਦੇਰੇ ਨੇ ਦੱਸਿਆ ਕਿ ਦਿੱਲੀ ਵਿੱਚ ਹੋ ਰਹੇ 2 ਦਿਨਾਂ G20 ਸੰਮੇਲਨ ਛਿੱਸਾ ਲੈਣ ਵਾਲੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਡੀਆਂ ਦੇ ਉੱਤੇ ਕਬਜ਼ਾ ਕਰ ਰਹੇ ਨੇ ਯਾਨੀ ਕਿ ਇਹ ਲੀਡਰ ਜੀ 20 ਸਮੇਲਨ ਦੇ ਵਿੱਚ ਹਿੱਸਾ ਲੈਣ ਆਉਣਗੇ ਇਹ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਡੀਆਂ ਤੇ ਕਾਬਜ਼ ਹੋ ਰਹੇ ਨੇ ਜਿਸ ਦੇ ਵਿਰੋਧ ਦੇ ਵਿੱਚ ਅਰਥੀਪੂਕ ਮੁਜ਼ਾਰੇ ਕੀਤੇ ਗਏ ਬੰਦੇ ਨੇ ਕਿਹਾ ਕਿ 13 ਜ਼ਿਲ੍ਹਿਆਂ ਦੇ ਵਿੱਚ 90 ਥਾਵਾਂ ਤੇ ਰੋਸ ਮੁਜ਼ਾਰੇ ਹੋਏ ਨੇ ਬੀਤੇ ਦਿਨ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ ਇਸ ਤੋਂ ਬਾਅਦ ਰੇਲ ਰੋਕੋ ਅੰਦੋਲਨ ਵੀ ਤਿੰਨ ਦਿਨ ਕੀਤਾ ਜਾਵੇਗਾ ਦੂਸ਼ਗਸ਼ ਕਮੇਟੀ ਤੋਂ ਅੱਜ ਪੂਰੇ ਉੱਤਰ ਭਾਰਤ ਵਿੱਚ ਜਿਹੜੇ ਆ 16 ਜਥੇਬੰਦੀਆਂ ਵੱਲੋਂ ਜੀ20 ਦੇ ਵਿਰੋਧ ਅਰਖੀ ਫੂਕ ਮਜਾਰੇ ਕੀਤੇ ਜਾ ਰਹੇ ਆ 13 ਜ਼ਿਲ੍ਹਿਆਂ ਵਿੱਚ 90 ਥਾਵਾਂ ਤੇ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਕਰ ਰਹੀ ਹੈ ਅੰਮ੍ਰਿਤਸਰ ਦੇ ਅੱਜ 골ਡਨ ਗੇਟ ਵਿੱਚ ਅਰਥੀ ਸਾੜੀ ਜਾ ਰਹੀ ਹੈ ਦੇਖੋ ਮੁੱਖ ਵਜਾ ਹੈਗੀ ਆ ਕਿ ਇਹ ਜੀ20 ਮੁਲਖ ਜਿਹੜੇ ਉਹ ਨੇ ਜਿਹੜੇ ਸਾਰੀ ਦੁਨੀਆ ਦੇ 75% ਆਰਥਿਕ ਸੋਮਿਆਂ ਤੇ ਕਬਜ਼ਾ ਲੈ ਕੇ ਬੈਠੇ ਨੇ ਹੁਣ ਜਿਹੜੇ ਭਾਰਤ ਦੇ ਆਰਥਿਕ ਸੋਮੇ ਰਹਿ ਰਹੇ ਜਿਵੇਂ ਸਾਡਾ ਪਾਣੀ ਆ ਹੁਣ ਇਹਨਾਂ ਤੇ ਇਹਨਾਂ ਗਲਬਾ ਕਰਨ ਜਾਣਾ ਆਵਾਜਾਈ ਦੇ ਸੰਸਾਧਨ ਚਾਹੇ ਹਵਾਈ ਖੇਤਰ ਹੋਵੇ ਇਹ ਤੋਂ ਗਾਹਾਂ ਚਾਹੇ ਸਾਡਾ ਸਮੁੰਦਰੀ ਖੇਤਰ ਹੋਵੇ ਚਾਹੇ ਰੇਲਾਂ ਹੋਣ ਸੜਕਾਂ ਹੋਣ ਸਾਰਿਆਂ ਤੇ ਉਹ ਕਬਜ਼ਾ ਕਰ ਰਹੇ ਹੈਗੇ ਖੰਡਣ ਦਾ ਖੇਤਰ ਹੋਵੇ ਚਾਹੇ ਕੋਲਾ ਜਾਂ ਹੋਰ ਖੇਤਰ ਹੋਣ ਉਹਨਾਂ ਤੇ ਉਹਨਾਂ ਦੂਰ ਸੰਚਾਰ ਦੇ ਸਾਰੇ ਖੇਤਰ ਵਿੱਚ ਉਹਨਾਂ ਦਾ ਗਲਬਾ ਹੋ ਚੁੱਕਾ ਵਾ ਸੋ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਵਾ ਉਹ ਦੇਸ਼ ਵਿਰੋਧੀ ਨੇ ਇਸ ਕਰਕੇ ਜਿਹੜਾ ਵਾ ਉਹਨਾਂ ਦੇ ਵਿਰੋਧ ਵਿਚਾਰਥੀ ਫੂਕ ਮਜਾਰੇ ਪੂਰੇ ਦੇਸ਼ ਸਮੇਤ ਜਿਹੜੇ ਆ ਆ ਪੰਜਾਬ ਵਿੱਚ ਕੀਤੇ ਜਾ ਰਹੇ ਆ ਕਿਸਾਨਾਂ ਦਾ ਸੰਘਰਸ਼ ਵੱਖ-ਵੱਖ ਥਾਵਾਂ ਤੇ ਚੱਲ ਰਿਹਾ ਹੈ ਲੁਧਿਆਣਾ ਦੇ ਵਿੱਚ ਡੀਸੀ ਦਫ਼ਤਰ ਦੇ ਮੂਹਰੇ ਜਿਹੜਾ ਕਿਸਾਨ ਵੀਰਾਂ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ ਉਹ ਵੀ 10ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸਿਹਤ ਖਰਾਬ ਹੋ ਰਹੀ ਹੈ 슈ਗਰ ਲੈਵਲ ਘਟ ਰਿਹਾ ਹੈ ਕਮਜ਼ੋਰੀ ਬਹੁਤ ਵੱਧ ਗਈ ਹੈ ਪਰ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ ਹੈ ਉਹ ਇਨਾਂ ਦੀਆਂ ਮੰਗਾਂ ਤੇ ਕੋਈ ਵਿਚਾਰ ਨਹੀਂ ਕਰ ਰਹੇ ਇਸੇ ਤਰ੍ਹਾਂ ਪੰਜਾਬ ਦੇ 18500 ਡਿੱਪੂ ਹੋਲਡਰਾਂ ਨੇ ਵੀ ਸਰਕਾਰ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਡਿੱਪੂ ਹੋਲਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮਾਰਕ ਫੈਡ ਦੇ ਜ਼ਰੀਏ ਆਟੇ ਦੀ ਸਪਲਾਈ ਕਰਨ ਜਾ ਰਹੀ ਹੈ ਤੇ ਇਹ ਮੁਹਿੰਮ 2 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ ਉਹਨਾਂ ਨੇ ਕਿਹਾ ਕਿ ਅਜਿਹਾ ਜੇ ਹੋਊਗਾ ਤਾਂ ਪੰਜਾਬ ਦੇ ਡਿੱਪੂ ਹੋਲਡਰ ਤਾਂ ਬੇਰੁਜ਼ਗਾਰ ਹੋ ਜਾਣਗੇ ਇਸ ਕਰਕੇ ਉਹਨਾਂ ਕੋਲ ਸਰਕਾਰ ਦੇ ਫੈਸਲੇ ਦੀ ਖਿਲਾਫਤ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ 15 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 39 ਸਥਿਤ ਨਾਜਪਾਉਂ ਦੇ ਬਾਹਰ ਪੰਜਾਬ ਦੇ ਡਿਪੂ 홀ਡਰ ਇਕੱਠੇ ਹੋਣਗੇ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਸੂਬਾ ਸਰਕਾਰ ਉਹਨਾਂ ਨਾਲ ੱੱਕਾ ਕਰ ਰਹੀ ਹੈ ਪਹਿਲਾਂ ਜੋ ਕੇਂਦਰ ਸਰਕਾਰ ਦੀ ਕਣਕ 2 ਰੁਪਏ ਕਿਲੋ ਦਿੱਤੀ ਜਾਂਦੀ ਸੀ ਉਸ ਨੂੰ ਕੇਂਦਰ ਨੇ ਮੁਫਤ ਕਰ ਦਿੱਤਾ ਅਜਿਹੇ ਵਿੱਚ ਸਰਕਾਰ ਹੁਣ ਉਸ ਕਣਕ ਦਾ ਆਟਾ ਤਿਆਰ ਕਰਕੇ ਮਾਰਕਫਿਟ ਦੇ ਜ਼ਰੀਏ ਸਪਲਾਈ ਕਰ ਰਹੀ ਹੈ ਡਿਪੂ 홀ਡਰਾਂ ਨੂੰ 25 ਮਹੀਨਿਆਂ ਤੋਂ ਕਮਿਸ਼ਨ ਨਹੀਂ ਮਿਲਿਆ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਫਾਇਦਾ ਨਹੀਂ ਦਿੱਤਾ ਗਿਆ ਕਮਿਸ਼ਨ ਘੱਟ ਹੈ ਤੇ ਮਜਬੂਰੀ ਦੇ ਨਾਲ ਆਪਣਾ ਜੀਵਨ ਉਹ ਜਿਉਣ ਲਈ ਮਜਬੂਰ ਨੇ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਅਤੇ ਪਟੀਸ਼ਨਰਾਂ ਦਾ ਜਵਾਬ ਦਾਇਰ ਕਰ ਦਿੱਤਾ ਹੈ ਹਾਈ ਕੋਰਟ ਵਿੱਚ ਮਾਨ ਸਰਕਾਰ ਨੇ ਕਿਹਾ ਕਿ ਇਹਨਾਂ ਸਾਰਿਆਂ ਨੂੰ ਕਾਨੂੰਨ ਤਹਿਤ ਗ੍ਰਿਫਤਾਰ ਕਰਕੇ ਐਨਐਸਐਲ ਲਾਇਆ ਗਿਆ ਨਾਲ ਹੀ ਕਿਹਾ ਕਿ ਇਹਨਾਂ ਸਾਰਿਆਂ ਨੇ ਆਪਣੀ ਗ੍ਰਿਫਤਾਰੀ ਨੂੰ ਨਜਾਇਜ਼ ਦੱਸ ਕੇ ਹੈਬੀਸ ਕਾਰਪਸ ਪਟੀਸ਼ਨ ਦਾਖਲ ਕੀਤੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਹ ਸਾਰੇ ਅਮਰਿਤਪਾਲ ਸਿੰਘ ਦੇ ਸਾਥੀ ਹਨ ਵਖਵਾਦੀ ਤੇ ਦੇਸ਼ ਵਿਰੋਧੀ ਸਰਗਰਮੀਆਂ ਦੇ ਵਿੱਚ ਸ਼ਾਮਲ ਰਹੇ ਨੇ ਹਾਈ ਕੋਰਟ ਇਸ ਪਟੀਸ਼ਨ ਤੇ ਹੁਣ 15 ਦਸੰਬਰ ਨੂੰ ਸੁਣਵਾਈ ਕਰੇਗੀ ਯਾਨੀ ਕਿ ਢਾਈ ਤੋਂ ਵੀ ਤਿੰਨ ਮਹੀਨਿਆਂ ਬਾਅਦ ਇਸ ਪਟੀਸ਼ਨ ਤੇ ਸੁਣਵਾਈ ਹੋਵੇਗੀ ਸੋ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਪੱਖ ਪੇਸ਼ ਕੀਤਾ ਹੈ ਉਸ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਵਖਵਾਦੀ ਅਤੇ ਦੇਸ਼ ਵਿਰੋਧੀ ਸਰਗਰਮੀਆਂ ਦੇ ਵਿੱਚ ਸ਼ਾਮਲ ਦੱਸਿਆ ਹੈ ਮਾਨ ਸਰਕਾਰ ਨੇ ਇਹ ਜਾਇਜ਼ ਠਹਿਰਾਇਆ ਇਸ ਗੱਲ ਨੂੰ ਕਿ ਇਹਨਾਂ ਦੇ ਖਿਲਾਫ ਜਿਹੜਾ ਐਨਐਸਸੀ ਲਾਇਆ ਗਿਆ ਉਹ ਬਿਲਕੁਲ ਹੈ ਜਦਕਿ ਦੂਸਰੇ ਪਾਸੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਲਗਾਤਾਰ ਇਹ ਹੀ ਕਹਿ ਰਹੇ ਨੇ ਕਿ ਐਨਐਸਏ ਲਾ ਕੇ ਗਲਤ ਕੀਤਾ ਇਹਨਾਂ ਦੇ ਸਮਰਥਕਾਂ ਨੇ ਵੀ ਇਸ ਕਾਨੂੰਨ ਨੂੰ ਲੈ ਕੇ ਕਾਨੂੰਨ ਦੀ ਨਿਖੇਧੀ ਕੀਤੀ ਹੈ ਪੁਲਿਸ ਦੀ ਕਾਰਵਾਈ ਦੀ ਸਰਕਾਰ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ ਪਰ ਪੰਜਾਬ ਸਰਕਾਰ ਮੁਤਾਬਿਕ ਇਹ ਬਿਲਕੁਲ ਸਹੀ ਹੈ ਪੰਜਾਬ ਸਰਕਾਰ ਨੇ ਆਪਣੇ ਸਬੰਧਿਤ ਵਿਭਾਗਾਂ ਨੂੰ ਇੱਕ ਅਜਿਹਾ ਐਪ ਤਿਆਰ ਕਰਨ ਲਈ ਕਿਹਾ ਹੈ ਜਿਹੜਾ ਹਰੇਕ ਹਸਪਤਾਲ, ਨਰਸਿੰਗ ਹੋਮ ਤੇ ਸ਼ਮਸ਼ਾਨਘਾਟ ਨਾਲ ਜੁੜਿਆ ਹੋਵੇਗਾ। ਹਰ ਹਸਪਤਾਲ ਤੇ ਸ਼ਮਸ਼ਾਨਘਾਟ ਦਾ ਡੇਟਾ ਇਸ ਤੇ ਅਪਲੋਡ ਹੋਵੇਗਾ ਜਿਸ ਹਸਪਤਾਲ, ਨਰਸਿੰਗ ਹੋਮ ਜਾਂ ਫਿਰ ਜੱਚਾ ਬੱਚਾ ਕੇਂਦਰ ਵਿੱਚ ਜਦੋਂ ਕਿਸੇ ਬੱਚੇ ਦਾ ਜਨਮ ਹੋਏਗਾ ਤਾਂ ਉਸ ਦਾ ਸਾਰਾ ਡੇਟਾ ਮੋਬਾਈਲ ਐਪ ਤੇ ਅਪਲੋਡ ਕਰਨਾ ਜ਼ਰੂਰੀ ਹੋਵੇਗਾ। ਅਗਲੀ ਖਬਰ ਥੋੜਾ ਹੈਰਾਨ ਕਰਨ ਵਾਲੀ ਹੈ ਕਿਸਾਨਾਂ ਦੀ ਫਸਲ ਦੇ ਨਾਲ ਜੁੜੀ ਹੋਈ ਹੈ। ਜਿੱਥੇ-ਜਿੱਥੇ ਵੀ ਜੀਰੀ ਬੀਜੀ ਜਾਂਦੀ ਹੈ ਯਾਨੀ ਕਿ ਝੋਨੇ ਦੀ ਫਸਲ ਬੀਜੀ ਜਾਂਦੀ ਹੈ ਉੱਥੇ ਤੁਸੀਂ ਵੀ ਦੇਖਿਆ ਹੋਵੇ ਜੇ ਕਿ ਹਾਲੇ ਫਸਲ ਨੂੰ ਦਾਣਾ ਆਉਣਾ ਸ਼ੁਰੂ ਨਹੀਂ ਹੋਇਆ ਕਿਤੇ-ਕਿਤੇ ਟਾਵਾ-ਟਾਵਾ ਹੈ ਪਰ ਮਾਛੀਵਾੜੇ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਆਮਦ ਵੀ ਸ਼ੁਰੂ ਹੋ ਗਈ ਹੈ ਵੀਰਵਾਰ ਨੂੰ 1509 ਬਾਸਮਤੀ 3621 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵਿਕੀ ਕਿਸਾਨਾਂ ਦੇ ਚਿਹਰੇ ਖਿੜ ਗਏ ਯਾਨੀ ਕਿ ਅਗੇਤੀ ਕਿਸਮ ਦੀ ਜਿਹੜੀ ਆਮਦ ਹੈ ਝੋਨੇ ਦੀ ਉਹ ਸ਼ੁਰੂ ਹੋ ਚੁੱਕੀ ਹੈ ਪਿੰਡ ਰਾਜੇਵਾਲ ਦਾ ਕਿਸਾਨ ਬਲਦੇ ਸਿੰਘ ਦਾਣਾ ਮੰਡੀ ਵਿਖੇ ਸਥਿਤ ਜੀਪੀ ਐਂਡ ਕੰਪਨੀ ਦੀ ਆੜਤ ਤੇ ਆਪਣੀ ਫਸਲ ਵੇਚਣ ਆਇਆ ਤਾਂ ਪ੍ਰਾਈਵੇਟ ਤੌਰ ਤੇ 3621 ਰੁਪਏ ਪ੍ਰਤੀ ਕਟਲ ਦੇ ਹਿਸਾਬ ਨਾਲ ਇੱਕ ਮਿਲ ਨੇ ਇਹਨਾਂ ਦਾ ਝੋਨਾ ਖਰੀਦ ਲਿਆ ਪੰਜਾਬ ਪੁਲਿਸ ਨੇ ਏਜੀਟੀਐਫ ਦੇ ਹੱਥ ਵੱਡੀ ਸਫਲਤਾ ਲੱਗਣ ਦਾ ਦਾਵਾ ਕੀਤਾ ਹੈ ਪੰਜਾਬ ਨੇ ਕੇਂਦਰੀ ਏਜੰਸੀਆਂ ਇਹ ਪੰਜਾਬ ਦੀ ਜਿਹੜੀ ਏਜੀਟੀਐਫ ਹੈ ਉਸਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਦੇ ਨਾਲ ਹਰਵਿੰਦਰ ਸਿੰਘ ਰਿੰਦਾ ਦੇ ਨਜ਼ਦੀਕੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਦਾਵਾ ਕੀਤਾ ਗਿਆ ਹੈ ਕਿ ਕਥਿਤ ਗੈਂਗਸਟਰਸ ਨੂੰ ਖਤਰੀ ਦੇ ਵੱਲੋਂ ਆਪਰੇਟ ਕੀਤੇ ਜਾਂਦੇ ਤਿੰਨ ਪਗੋੜੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਭਾਰਤ ਨੇਪਾਲ ਸਰਹੱਦ ਤੋਂ ਤੇ ਦੋ ਨੂੰ ਗੁਰੂਗਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤਿੰਨੇ ਮੁਲਜ਼ਮ ਪੰਜ ਜਣਿਆਂ ਨੂੰ ਮਾਰਨ ਸੱਤ ਜਣਿਆਂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਕਈ ਹੋਰ ਕਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਨੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕੇ ਮੁਲਜ਼ਮ ਗੈਂਗਸਟਰ ਸੋਨੂ ਖਤਰੀ ਦੇ ਨਿਰਦੇਸ਼ਾਂ ਤੇ ਪੰਜਾਬ ਚ ਸਨਸਨੀ ਖੇਜ਼ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਉਸ ਤੋਂ ਬਾਅਦ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਨੇਪਾਲ ਦੇ ਵਿੱਚ ਅ ਕਈ ਟਿਕਾਣੇ ਨੇ ਇਹਨਾਂ ਦੇ ਬਣੇ ਹੋਏ ਉੱਥੇ ਜਾ ਕੇ ਪਨਾਹ ਲੈਂਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਭਾਰਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਦੇ ਕੋਲ ਫਰਾਂਸ ਦੇ ਵਿੱਚ ਸਿੱਖਾਂ ਦੀ ਦਸਤਾਰ ਦਾ ਮੁੱਦਾ ਜ਼ਰੂਰ ਚੱਕਣ ਉਨਾ ਅਪੀਲ ਕੀਤਾ ਕਿ ਜੀ20 ਸੰਮੇਲਨ ਦੀ ਮੀਟਿੰਗ ਵਿੱਚ ਫਰਾਂਸ ਦੇ ਰਾਸ਼ਟਰਪਤੀ ਮੂਰੇ ਫਰਾਂਸ 'ਚ ਵਸਦੇ ਸਿੱਖਾਂ ਖਾਸ ਕਰਕੇ ਉਥੋਂ ਦੇ ਵਿਦਿਆਰਥੀਆਂ ਦੀ ਦਸਤਾਰ ਤੇ ਉੱਤੇ ਜਿਹੜੀ ਰੋਕ ਲੱਗੀ ਹੋਈ ਹੈ ਉਹ ਮੁੱਦਾ ਚੁੱਕਣ ਜੋ ਕਿ ਕਾਫੀ ਲੰਬੇ ਸਮੇਂ ਤੋਂ 20 ਸਾਲਾਂ ਤੋਂ ਲਟਕਦਾ ਆ ਰਿਹਾ ਹੈ ਸਾਡੇ ਪ੍ਰਧਾਨ ਮੰਤਰੀ ਨਵਿੰਦਰ ਕੁਮਾਰ ਮੋਤੀ ਜੀ ਨੂੰ ਵੀ ਕਿ ਇਹ ਜੀ20 ਦੇ ਸੰਮੇਲਨ ਦੇ ਵਿੱਚ ਉਹ ਮਕਰਾਂ ਸਾਹਿਬ ਨਾਲ ਜਿਹੜੇ ਪ੍ਰੈਜ਼ੀਡੈਂਟ ਹੈਗੇ ਫਰਾਂਸ ਦੇ ਉਹਨਾਂ ਨਾਲ ਸਿੱਖ ਮਸਲਿਆਂ ਬਾਰੇ ਹੱਲ ਕਰਨ ਔਰ ਦਸਤਾਰ ਜਿਹੜੇ ਸਿੱਖਾਂ ਦੀ তাজ ਹੈਗੀ ਉਸ ਦੇ ਬਾਰੇ ਗੱਲ ਕਰਨੀ ਚਾਹੀਦੀ ਹੈਗੀ ਸਿੱਖਾਂ ਨੂੰ ਦਸਤਾਰ ਪਾ ਕੇ ਗੱਡੀ ਦੇ ਰਿਸੈਂਸ ਮਿਲਣੇ ਚਾਹੀਦੇ ਹਨ ਹੋਰ ਰਿਸੈਂਸ ਮਿਲਣੇ ਚਾਹੁੰਦੇ ਹਨ ਔਰ ਪਗੜੀ ਅਰਨ ਕਰਨ ਦੀ ਇਜਾਜ਼ਤ ਖਰਜਾ ਮਿਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਸਰਕਾਰ ਦੇ ਨਾਲ ਨਾਲ ਪੁਲਿਸ ਨਸ਼ਾ ਤਸਕਰਾ ਨੂੰ ਕਾਬੂ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਜਿੱਥੇ ਗੈਂਗਸਟਰਾਂ ਨੂੰ ਫੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਗੈਂਗਸਟਰ ਕਲਚਰ ਨੂੰ ਖਤਮ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ਿਆਂ ਦੀ ਜਿਹੜੀ ਬਿਮਾਰੀ ਹੈ ਉਸ ਨੂੰ ਵੀ ਜੜੋਂ ਖਤਮ ਕਰਨ ਦੇ ਸਰਕਾਰ ਦਾਅਵੇ ਕਰਦੀ ਰਹਿੰਦੀ ਹੈ ਨਸ਼ੇ ਨੂੰ ਲੈ ਕੇ ਕੀ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਪੁਲਿਸ ਕੀ ਕਰ ਰਹੀ ਹੈ ਸਰਕਾਰ ਦੇ ਨਿਰਦੇਸ਼ਾਂ ਦੇ ਕਿਨਿਕ ਪਾਲਣਾ ਹੋ ਰਹੀ ਹੈ ਸਰਕਾਰ ਦੇ ਦਾਅਵਿਆਂ 'ਚ ਕਿੰਨਾ ਕੁ ਸੱਚ ਹੈ ਤੇ ਅਸਲ ਹਕੀਕਤ ਕੀ ਹੈ ਤਾਜ਼ਾ ਜਾਣਕਾਰੀਆਂ ਦੇ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਪਹਿਲੀ ਪਟਿਆਲਾ ਤੋਂ ਖਬਰ ਤੁਹਾਨੂੰ ਦੱਸਦೇನೆ ਹਾਂ ਜਿੱਥੇ ਪਿੰਡ ਸ਼ੇਰमाजरा ਦੇ ਵਿੱਚ ਨੌਜਵਾਨਾਂ ਨੇ ਪਿੰਡ ਦੇ ਵਿੱਚ ਚਿੱਟਾ ਰੋਕਣ ਲਈ ਕਮੇਟੀਆਂ ਬਣਾ ਕੇ ਘੇਰਾਬੰਦੀ ਕੀਤੀ ਹੋਈ ਹੈ ਪਿਛਲੇ ਦਿਨੀ ਵੀ ਅਸੀਂ ਖਬਰ ਦੱਸੀ ਸੀ ਇਸ ਪਿੰਡ ਦੇ ਸੂਝਵਾਨ ਨੌਜਵਾਨਾਂ ਦੀ ਇੱਥੇ ਪਿੰਡ ਵਿੱਚ ਚਿੱਟਾ ਲੈਣ ਪਹੁੰਚੇ ਦੋ ਨਸ਼ੇੜੀਆਂ ਦੀ ਜਿੱਥੇ ਖੂਬ ਸੇਵਾ ਪ੍ਰੇਡ ਕੀਤੀ ਗਈ ਉੱਥੇ ਹੀ ਉਹਨਾਂ ਨੂੰ ਟਰੋਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਹਨਾਂ ਨੂੰ ਬਿਠਾ ਕੇ ਚਾਹ ਪਾਣੀ ਪਿਆਇਆ। ਲੈਣ ਤਾਂ ਚਿੱਟਾ ਆਏ ਸੀ ਪਰ ਇਹਨਾਂ ਨੂੰ ਚਾਹ ਪਿਆਈ, ਕੋਲਡ ਕਾਫੀ ਵੀ ਪੁਲਾਏਗੀ। ਉਸ ਤੋਂ ਬਾਅਦ ਇਹਨਾਂ ਨੂੰ ਟਰੋਫੀ ਦਿੱਤੀ ਗਈ। ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਚਿੱਟਾ ਖਾਣਾ ਛੱਡ ਦਿਓ ਕਿਉਂਕਿ ਹੁਣ ਪਿੰਡ ਸ਼ੇਰਮਾਜਰਾ ਤੋਂ ਚਿੱਟਾ ਨਹੀਂ ਮਿਲਣਾ। ਉਸ ਤੋਂ ਬਾਅਦ ਇਹਨਾਂ ਨੇ ਦਾਵਾ ਕੀਤਾ ਕਿ ਉਸ ਤੋਂ ਬਾਅਦ ਦੋਵੇਂ ਜਿਹੜੇ ਨਸ਼ੇੜੀ ਭਰਾ ਨੇ ਉਹ ਚਿੱਟੇ ਤੋਂ ਤੌਬਾ ਕਰ ਗਏ ਹਾਲਾਂਕਿ ਛੱਡਣਾ ਇਹਨਾਂ ਸੌਖਾ ਨਹੀਂ ਹੁੰਦਾ ਪਰ ਜੇ ਇੱਛਾ ਸ਼ਕਤੀ ਦ੍ਰਿੜ ਹੋਵੇ ਤਾਂ ਕੁਝ ਵੀ ਛੱਡਿਆ ਜਾ ਸਕਦਾ ਹੈ ਤੇ ਕੁਝ ਵੀ ਧਾਰਨ ਕੀਤਾ ਜਾ ਸਕਦਾ ਹੈ ਗਗਨਦੀਪ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਇੱਕ ਖਾਸ ਬਰਾਦਰੀ ਦੇ ਲੋਕ ਚਿੱਟਾ ਵੇਚਦੇ ਨੇ ਇਹਨਾਂ ਦੇ ਖਿਲਾਫ ਪਿੰਡ ਦੇ ਨੌਜਵਾਨਾਂ ਨੇ ਖਾਸ ਮੁਹਿੰਮ ਚਲਾ ਕੇ ਇਹਨਾਂ ਨੂੰ ਚਿੱਟਾ ਵੇਚਣ ਤੋਂ ਰੋਕਿਆ ਹੋਇਆ ਹੈ ਤੇ ਕਮੇਟੀਆਂ ਬਣਾ ਦਿੱਤੀਆਂ ਨੇ ਪਿੰਡ ਵਿੱਚ ਪੂਰੇ ਪਿੰਡ ਦੀ ਘੇਰਾਬੰਦੀ ਕੀਤੀ ਹੈ ਕਿ ਕੋਈ ਅੰਦਰ ਚਿੱਟਾ ਲੈਣ ਨਾ ਵੜੇ ਜਿਹਦੇ ਵਿੱਚ ਪੁਲਿਸ ਵੀ ਕਹਿੰਦੇ ਸਹਿਯੋਗ ਕਰ ਰਹੀ ਹੈ ਸੋ ਇੱਥੇ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਚੰਗੀ ਸਾਬਿਤ ਹੋ ਰਹੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਕਰਨ ਵਾਲੇ ਵੱਡੇ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਹੈ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਮਾਰਕੀਟ ਦੇ ਵਿੱਚ 15 ਕਿਲੋ ਹੈਰੋਇਨ ਦੀ ਕੀਮਤ 75 ਕਰੋੜ ਰੁਪਏ ਬਣਦੀ ਹੈ ਨਸ਼ਾ ਤਸਕਰ ਦੀ ਪਛਾਣ ਹਰਪ੍ਰੀਤ ਵਾਸੀ ਚੋਲਾ ਸਾਹ ਵਜੋਂ ਹੋਈ ਹੈ ਇਸ ਵਕਤ ਇਹ ਨਿਊ ਰਣਜੀਤਪੁਰਾ ਅੰਮ੍ਰਿਤਸਰ ਦੇ ਵਿੱਚ ਅਰ ਰੰਦੇ ਹੈਰਵਨ ਦੀ ਬਰਾਮਤੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮ ਨੇ ਇੱਕ ਚਿੱਟੇ ਰੰਗ ਦੀ ਹੁੰਡਈ ਗ੍ਰੈਂਡ i10 ਕਾਰ ਵੀ ਬਰਾਮਦ ਕੀਤੀ ਹੈ ਤੇ ਇਸ ਨੂੰ ਇਹ ਤਸਕਰੀ ਖਾਤਰ ਵਰਤਦਾ ਸੀ ਹੁਣ ਤੁਹਾਨੂੰ ਉਹ ਖਬਰ ਵੀ ਦੱਸਦੇ ਆਂ ਜਿਸ ਤੋਂ ਸਿੱਧਾ-ਸਿੱਧਾ ਪਤਾ ਲੱਗਦਾ ਹੈ ਕਿ ਪੁਲਿਸ ਕਿਸ ਕਦਰ ਇਹਨਾਂ ਨਸ਼ਾ ਤਸਕਰਾਂ ਦਾ ਸਾਥ ਦਿੰਦੀ ਇਸ ਨੈਕਸਸ ਦੇ ਵਿੱਚ ਕਿੰਨੀ ਜੁੜੀ ਹੋਈ ਹੈ ਫਰੋਜ਼ਪੁਰ ਦੇ ਇੱਕ ਡੀਐਸਪੀ ਨੇ ਇਹ ਸ਼ਿਕਾਇਤ ਕੀਤੀ ਹੈ ਜ਼ਿਲ੍ਹੇ ਦੇ ਹੀ ਇੱਕ ਐਸਐਚਓ ਸਮੇਤ 11 ਪੁਲਿਸ ਮੁਲਾਜ਼ਮਾਂ ਤੇ ਕਿ ਇਹਨਾਂ ਦੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਇੱਕ ਗੰਭੀਰ ਇਲਜ਼ਾਮ ਲੱਗੇ ਨੇ ਇਸ ਮਾਮਲੇ ਸੰਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਡੀਐਸਪੀ ਨੇ ਦਿੱਤੀ ਹੈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸ਼ਿਕਾਇਤ ਵਿੱਚ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਪੂਰੇ ਵਿਸਥਾਰ ਚ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਗਿਆ ਕਿ ਕਿਵੇਂ ਵੱਡੇ ਨਸ਼ਾ ਤਸਕਰ ਸਹੀ ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਟੀਮ ਦੇ ਛਾਪੇ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਨੇ ਉਦੋਂ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਥਾਣਾ ਲੋਪੋਕੇ ਦੇ ਇਹਨ ਅੱਡਾ ਚੁਗਾਵਾ ਤੋਂ ਨਸ਼ਾ ਖਰੀਦਾਰਾਂ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਫੋਰਸ ਨਾਲ ਰੇਡ ਕੀਤੀ ਚਾਰ ਜਣਾਂ ਨੂੰ ਕਾਬੂ ਕਰ ਲਿਆ 600 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਮੁਲਜ਼ਮਾਂ ਦੀ ਪਛਾਣ ਅਮਰਿਤਪਾਲ ਸਿੰਘ ਪ੍ਰਗਟ ਸਿੰਘ ਸੰਦੀਪ ਸਿੰਘ ਵਾਸੀ ਚੁਗਾਵਾ ਤੇ ਸਨੀ ਵਾਸੀ ਛੇੜਨ ਦੇ ਰੂਪ ਚ ਹੋਈ ਹੈ ਪੁਲਿਸ ਹਾਲੇ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ डीसी ਬਠਿੰਡਾ ਨੇ ਮੈਡੀਕਲ ਸਟੋਰਾਂ ਤੋਂ ਖੁੱਲਿਆਂ ਵਿਕ ਰਹੇ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਵੱਡਾ ਐਕਸ਼ਨ ਲਿਆ ਹੈ ਹੁਣ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਵੇਚਣ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਹੁਕਮ ਦੇ ਤਹਿਤ ਪ੍ਰੀ ਨਾਬਾਲੀਨ 75mg ਨੂੰ ਜੇਕਰ ਕੋਈ ਵੀ ਮੈਡੀਕਲ ਸਟੋਰ ਵਾਲਾ ਇਸ ਦਵਾਈ ਨੂੰ ਬਿਨਾਂ ਡਾਕਟਰ ਦੀ ਪਰਚੀ ਦੇ ਵੇਚਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੁਪਰੀ ਨਾਬਾ ਲੀਨ 75mg ਦਵਾਈ ਜੇ ਕੋਈ ਮੈਡੀਕਲ ਸਟੋਰ ਵਾਲਾ ਇਸੇ ਤਰ੍ਹਾਂ ਬਿਨਾਂ ਡਾਕਟਰ ਦੀ ਪਰਚੀ ਤੋਂ ਵੇਚਦਾ ਤੁਸੀਂ ਦੇਖਦੇ ਹੋ ਜਾਂ ਫਿਰ ਕੋਈ ਨੌਜਵਾਨ ਖਰੀਦਦਾ ਵੇਖਦੇ ਹੋ ਤਾਂ ਸਮਝ ਲਓ ਕਿ ਇਹ ਗਲਤ ਕੰਮ ਹੋ ਰਿਹਾ ਸੋ ਨਸ਼ਾ ਕਿਸ ਕਦਰ ਪੰਜਾਬ ਦੇ ਵਿੱਚ ਹਾਲੇ ਵੀ ਜਾਨਾ ਲੈ ਰਿਹਾ ਬਟਾਲਾ ਤੋਂ ਖਬਰ ਹੈ ਜਿੱਥੋਂ ਦੇ ਸਿਵਲ ਹਸਪਤਾਲ ਵਿੱਚ ਕਥਿਤ ਓਵਰਡੋਸ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ ਹਸਪਤਾਲ ਦੀ ਓਪੀਡੀ ਦੀ ਬਾਹਰ ਮਹਿਲਾ ਦੀ ਦੇ ਨਾਲ ਸਰਿੰਜ ਵੀ ਮਿਲੀ ਹੈ ਨਸ਼ੇ ਦੀ ਸਰਿੰਜ ਮਹਿਲਾ ਦੀ ਪਛਾਣ ਨਹੀਂ ਹੋਈ ਪਰ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਨਸ਼ੇ ਦੀ ਹਾਲਤ ਵਿੱਚ ਇਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਸਨ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਦੀ ਜਾਨ ਕਦੋਂ ਗਈ ਹੈ ਦੇ ਤੜਕੇ ਤੋਂ ਹਸਪਤਾਲ ਚ ਪਈ ਸੀ ਜਦੋਂ ਮੀਡੀਆ ਨੂੰ ਭਿੰਕ ਪਈ ਹਸਪਤਾਲ ਪਹੁੰਚ ਕੇ ਪਤਾ ਲੱਗਿਆ ਕਿ ਇਸ ਦੀ ਕਿਵੇਂ ਕਿਵੇਂ ਜਾਨ ਗਈ ਹੈ ਉਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਦੇਨ ਨੂੰ ਚੁੱਕ ਕੇ ਰੱਖ ਦਿੱਤਾ ਮੋਰਚਰੀ ਦੇ ਵਿੱਚ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਗਲੀ ਖਬਰ ਫਾਜ਼ਿਲਕਾ ਤੋਂ ਹੈ ਜਿੱਥੇ ਪੁਲਿਸ ਪਾਰਟੀ ਤੇ ਹਮਲਾ ਹੋਣ ਦੀ ਖਬਰ ਮਿਲੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਿਸੇ ਦੇ ਘਰੇ ਛਾਪਾ ਮਾਰਨ ਪਹੁੰਚੀ ਸੀ ਪਰ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ ਮਾਮਲਾ ਮੰਡੀ ਲਾਦੂਕਾ ਦੇ ਪਿੰਡ ਲੱਖੇ ਦੇ ਉਤਾੜ ਦਾ ਦੱਸਿਆ ਜਾ ਰਿਹਾ ਹੈ ਫਾਜ਼ਿਲਕਾ ਪੁਲਿਸ ਨੇ ਕਾਰਵਾਈ ਕਰਦੇ ਹੋਏ 8 ਜਣਾਂ ਨੂੰ ਗ੍ਰਿਫਤਾਰ ਕਰ ਲਿਆ ਚਾਰ ਔਰਤਾਂ ਤੇ ਚਾਰ ਪੁਰਸ਼ ਸ਼ਾਮਿਲ ਸ਼ਾਮਿਲ ਨੇ ਫਾਜ਼ਿਲਕਾ ਦੇ ਐਸਐਸ ਤਾਬੇ ਕ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਿਨ੍ਹਾਂ ਨੇ ਪਰਸਨਲ ਪੰਗਾ ਲਿਆ ਮਾਮਲਾ ਦਰਜ ਕਰ ਲਿਆ ਹੁਣ ਅਗਲੀ ਇੱਕ ਹੋਰ ਖਬਰ ਤੁਹਾਨੂੰ ਫਿਰੋਜ਼ਪੁਰ ਤੋਂ ਦੱਸਦੇ ਹਾਂ ਜਿਸ ਤੇ ਇੱਕ ਹਵਤ ਕਾਫੀ ਟੁੱਕਦੀ ਹੈ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਦਰਅਸਲ ਫਿਰੋਜ਼ਪੁਰ ਸ਼ਹਿਰ ਦੇ ਅੱਡਾ ਖਾਈ ਵਾਲਾ ਦੇ ਵਿੱਚ ਪੁਲਿਸ ਕਰਮਚਾਰੀ ਇੱਕ ਚੋਰ ਦਾ ਪਿੱਛਾ ਕਰ ਰਹੇ ਸੀ ਚੋਰ ਭੱਜਿਆ ਜਾ ਰਿਹਾ ਸੀ ਮੂਰੇ ਮੂਰੇ ਤੇ ਮੌਕੇ ਤੇ ਖੜੇ ਇੱਕ ਨਵਾਲਿਗ ਮੁੰਡੇ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਆਪਣੇ ਮੋਬਾਈਲ ਦੇ ਵਿੱਚ ਸੋ ਚੋਰ ਨੂੰ ਛੱਡ ਕੇ ਪੁਲਿਸ ਇਸ ਮੁੰਡੇ ਦੇ ਪਿੱਛੇ ਪੈ ਗਏ ਮੁੰਡੇ ਨੂੰ ਕਾਬੂ ਕਰਕੇ ਉਹਦੀ ਕੁੱਟਮਾਰ ਕੀਤੀ ਪੀੜਤ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਇਸ ਹਰਕਤ ਦੇ ਕਾਰਨ ਉਹਨਾਂ ਦਾ ਮੁੰਡਾ ਜਿਹੜਾ ਜ਼ਖਮੀ ਹੋ ਗਿਆ ਉਹਨੂੰ ਇਲਾਜ ਵਿੱਚ ਹਸਪਤਾਲ ਲਈ ਦਾਖਲ ਕਰਵਾਇਆ ਗਿਆ ਸੋ ਵੀਡੀਓ ਜਿਹੜੀ ਹੈਗੀ ਆ ਉਸ ਨੂੰ ਰੋਕਣ ਦੇ ਲਈ ਪੁਲਿਸ ਨੇ ਚੋਰ ਨੂੰ ਵੀ ਜਾਣ ਦਿੱਤਾ ਉਸ ਮੁੰਡੇ ਨੂੰ ਫੜ ਕੇ ਕੁਟਾਪਾ ਚੜ ਦਿੱਤਾ ਭਾਰਤ ਵਿੱਚ ਹੋਏ ਵੱਡੇ ਇੰਡੀਆ ਗੱਟ ਚੋੜ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਇੱਕ ਵਾਰੀ ਫੇਰ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਸਿਪਾਹੀ ਕਦੇ ਜਰਨੈਲ ਨੂੰ ਸਵਾਲ ਨਹੀਂ ਕਰਦਾ ਦੇਸ਼ ਏ ਤੇ ਖੰਡ ਭਾਰ ਦੇ ਲਈ ਹਾਈ ਕਮਾਂਡ ਦਾ ਫੈਸਲਾ ਹੋਊਗਾ ਸਿੱਧੂ ਨੇ ਕਿਹਾ ਕਿ ਜਿਹੜਾ ਅਨਸ਼ਾਸਨ ਦੀ ਪਾਲਣਾ ਕਰਦਾ ਹੈ ਉਹੀ ਸ਼ਾਸਨ ਕਰਦਾ ਹੈ ਏਸ਼ੀਆ ਕੱਪ ਕ੍ਰਿਕਟ ਦੀ ਗੱਲ ਕਰ ਲਈਏ ਤਾਂ ਭਾਰਤ ਤੇ ਪਾਕਿਸਤਾਨ ਮੈਚ ਦੇ ਲਈ ਰਾਖਵਾ ਦਿਨ ਰੱਖਣ ਦਾ ਫੈਸਲਾ ਲਿਆ ਗਿਆ ਹੈ ਏਸੀਸੀ ਨੇ ਐਤਵਾਰ 10 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਆਸ਼ੀਆ ਕੱਪ ਸੁਪਰ ਚਾਰ ਮੈਚ ਲਈ ਰਾਖਵਾਂ ਦਿਨ ਰੱਖਣ ਦਾ ਜਿਹੜਾ ਫੈਸਲਾ ਲਿਆ ਹਾਲਾਂਕਿ ਸ਼੍ਰੀਲੰਕਾ ਛੋਣ ਵਾਲੇ ਸੁਪਰ 4 ਦੇ ਹੋਰ ਮੈਚਾਂ ਲਈ ਰਾਖਵਾਂ ਦਿਨ ਨਹੀਂ ਰੱਖਿਆ ਗਿਆ ਇਹਦਾ ਮਤਲਬ ਹੁੰਦਾ ਹੈ ਕਿ ਜੇ ਮੀਂਹ ਕਰਕੇ ਭਾਰਤ ਤੇ ਪਾਕਿਸਤਾਨ ਦੇ ਮੈਚ 'ਚ ਕੋਈ ਵਿਗਨ ਪੈਂਦਾ ਹੈ ਤਾਂ ਅਗਲੇ ਦਿਨ 11 ਸਤੰਬਰ ਨੂੰ ਖੇਡ ਉੱਥੋਂ ਹੀ ਸ਼ੁਰੂ ਹੋਏਗੀ ਜਿੱਥੋਂ ਇਸ ਨੂੰ ਰੋਕਿਆ ਗਿਆ ਸੀ ਪ੍ਰਚਾਰਕ ਰਣਜੀਤ ਸਿੰਘ ਟੱਡਰਿਆਂ ਵਾਲਿਆਂ ਨੂੰ ਸਦਮਾ ਲੱਗਿਆ ਹੈ ਉਹਨਾਂ ਦੀ ਮਾਤਾ ਪਰਮਿੰਦਰ ਕੌਰ ਅਕਾਲ ਚਲਾਣਾ ਕਰ ਗਏ ਨੇ ਅੰਤਿਮ ਸੰਸਕਾਰ ਗੁਰਦਾਰਾ ਪਰਮੇਸ਼ਰ ਦਵਾਰ ਵਿਖੇ ਕੱਲ ਦੁਪਹਿਰੇ 2 ਵਜੇ ਕੀਤਾ ਜਾਊਗਾ ਮੁੱਖ ਮੰਤ ਦਿਆਂ ਲਿਖਿਆ ਕਿ ਭਾਈ ਰਣਜੀਤ ਸਿੰਘ ਟਡਰੀਆਂ ਵਾਲਿਆਂ ਦੇ ਸਤਿਕਾਰਯੋਗ ਮਾਤਾ ਪਰਮਿੰਦਰ ਕੌਰ ਜੀ ਅਕਾਲ ਚਲਾਣਾ ਕਰ ਗਏ ਨੇ ਦੁਖਦਾਈ ਘੜੀ ਦੇ ਵਿੱਚ ਪਰਿਵਾਰ ਤੇ ਭਾਈ ਸਾਹਿਬ ਨਾਲ ਦਿੰਦੋ ਦਿਲੋਂ ਹਮਦਰਦੀ ਹੈ ਪ੍ਰਮਾਤਮਾ ਅਗੇ ਵਿਛੜੀ ਰੂ ਨੂੰ ਚਰਨਾ ਵਿੱਚ ਥਾਂ ਦੇਣ ਦੀ ਅਰਦਾਸ ਕਰਦਾ ਹਾਂ ਤੇ ਪਰਿਵਾਰ ਸਮੇਤ ਸਾਰਿਆਂ ਨੂੰ ਅਕਾਲ ਪੁਰਖ ਭਾਣਾ ਮੰਨਣ ਦਾ ਬਲਵਕਸ਼ਣ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਪੰਜਾਬ ਭਵਨ ਸਰੀ ਦੇ ਵਿੱਚ ਪੰਜਵਾਂ ਸਾਲਾਨਾ ਸੰਮੇਲਨ ਕਰਵਾਇਆ ਜਾਵੇਗਾ ਇੱਕ ਅਹਿਮ ਖਬਰ ਤੁਹਾਨੂੰ ਉਸ ਮੁਲਕ ਤੋਂ ਦੱਸਦੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਨੇ ਜਿੱਥੇ ਮਿੰਨੀ ਪੰਜਾਬ ਵਸਿਆ ਵੀ ਕਿਹਾ ਜਾਂਦਾ ਹੈ ਅਤੇ ਪੰਜਾਬੀਆਂ ਨੇ ਉੱਥੋਂ ਦੀ ਸਿਆਸਤ ਹੀ ਨਹੀਂ ਉੱਥੋਂ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਮੁਲਕ ਦਾ ਨਾਮ ਕਨੇਡਾ ਹੈ ਤੇ ਖਬਰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਪੰਜਾਬ ਭਵਨ ਸਰੀ ਦੇ ਵਿੱਚ ਪੰਜਵਾਂ ਕਮਾਂਤਰੀ ਪੰਜਾਬੀ ਸੰਮੇਲਨ 8 ਤੇ 9 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਕੈਨੇਡਾ ਦੇ ਉੱਗੇ ਕਾਰੋਬਾਰੀ ਸੁਖੀ ਬਾਠ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਸਮਾਗਮ ਦੇ ਵਿੱਚ ਪੰਜਾਬੀ ਸਾਹਿਤ ਅਤੇ ਪ੍ਰਵਾਸ ਬਾਰੇ ਆਗਾਵਦੂ ਚਰਚਾ ਕੀਤੀ ਜਾਵੇਗੀ। ਉੱਥੇ ਹੀ ਆਪਣੇ ਭਾਈਚਾਰੇ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਬਾਰੇ ਵੀ ਚੇਤਨਨ ਕੀਤਾ ਜਾਵੇਗਾ। ਸੋ ਸੁਖੀ ਬਾਠ ਹੋਣਾਂ ਦੇ ਵੱਲੋਂ ਹੀ ਪੰਜਾਬੀ ਭਵਨ ਉਥੇ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਸਰੀ ਦਾ ਜਿਹੜਾ ਪੰਜਾਬੀ ਭਵਨ ਹੈ ਉਹ ਕੈਨੇਡਾ ਦੇ ਵਿੱਚ ਵਾਸਤੇ ਭਾਈਚਾਰੇ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੋੜਨ ਦੇ ਲਈ ਕਾਫੀ ਕੰਮ ਕਰਦਾ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਦਿੱਲੀ ਤੁਸੀਂ ਕਦੇ ਸ਼ਾਂਤ ਵੇਖੀ ਹੈ ਵੇਖੀ ਜ਼ਰੂਰ ਹੋਣੀ ਕਰੋਨਾ ਦੇ ਵੇਲੇ ਜਦੋਂ ਕਰਫਿਊ ਲੱਗਿਆ ਸੀ ਜਦੋਂ ਲੋਕਡਾਊਨ ਲੱਗਿਆ ਸੀ ਤੇ ਹੁਣ ਫੇਰ ਦਿੱਲੀ ਸ਼ਾਂਤ ਹੈ 2-3 ਦਿਨਾਂ ਦੇ ਲਈ ਦਿੱਲੀ ਜਿਹੜੀ ਕਿ ਭੀੜ ਭਾੜ ਦਿੱਲੀ ਮਸ਼ਹੂਰ ਹੈ ਇਲਾਕੇ ਸਾਰੇ ਭੀੜ ਭੜੱਕੇ ਦੇ ਨਾਲ ਭਰੇ ਰਹਿੰਦੇ ਨੇ ਉਹ ਖਾਲੀ ਨਜ਼ਰ ਆ ਰਹੇ ਨੇ ਸ਼ਨੀਚਰਵਾਰ ਅਤੇ ਐਤਵਾਰ ਯਾਨੀ ਕਿ ਕੱਲ ਤੇ ਪਰਸੋਂ ਨੂੰ ਇੱਥੇ ਜੀ20 ਸੰਮੇਲਨ ਹੋਣਾ ਹੈ ਦੁਨੀਆ ਭਰ ਦੇ ਵੱਡੇ ਲੀਡਰ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ ਸ਼ੁੱਕਰਵਾਰ ਨੂੰ ਹੀ ਵੱਡੇ ਲੀਡਰਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਰਾਸ਼ਟਰਪਤੀ ਜੋ ਬਾਈਡਨ ਵੀ ਪਹੁੰਚ ਰਹੇ ਨੇ ਤੇ ਇਸੇ ਕਰਕੇ ਮੱਧ ਦਿੱਲੀ ਹੈ ਜਿਹੜੀ ਉਸ ਨੂੰ ਤਿੰਨ ਦਿਨਾਂ ਦੇ ਲਈ ਆਮ ਜਨਤਾ ਦੇ ਲਈ ਪੂਰਾ ਬੰਦ ਰੱਖਿਆ ਗਿਆ ਕਨੋਟ ਪਲੇਸ ਵਰਗੇ ਜਿਹੜੇ ਇਲਾਕੇ ਨੇ ਉਹ ਵੀ ਬੰਦ ਨੇ ਆਮ ਤੌਰ ਤੇ ਹੇ ਭਰੇ ਹੀ ਰਹਿੰਦੇ ਨੇ ਪਰ ਸੁੰਨਸਾਨ ਦਿਖ ਰਹੇ ਨੇ ਨਵੀਂ ਦਿੱਲੀ ਦੇ ਵਿੱਚ ਅੱਜ ਤੜਕੇ ਸਖਤ ਟ੍ਰੈਫਿਕ ਨਿਯਮ ਲਾਗੂ ਕਰ ਦਿੱਤੇ ਗਏ ਨੇ ਜੀ20 ਸੰਮੇਲਨ ਸਥਾਨ ਦੇ ਇਲਾਕੇ ਅਤੇ ਡੈਲੀਗੇਟਾਂ ਦੇ ਠਹਿਰਨ ਦੇ ਲਈ ਹੋਟਲਾਂ ਦੇ ਵਿੱਚ ਦਵਾਈਆਂ ਨੂੰ ਛੱਡ ਕੇ ਆਨਲਾਈਨ ਡਿਲੀਵਰੀ ਸੇਵਾਵਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ ਸੰਮੇਲਨ ਕਰਕੇ ਨਵੀਂ ਦਿੱਲੀ ਜ਼ਿਲ੍ਹੇ ਨੂੰ ਸਵੇਰੇ 5 ਵਜੇ ਤੋਂ ਲੈ ਕੇ ਐਤਵਾਰ ਰਾਤ 12 ਵਜੇ ਤੱਕ ਕੰਟੇਨਮੈਂਟ ਜ਼ੋਨ ਇੱਕ ਬਣਾ ਦਿੱਤਾ ਗਿਆ ਪੁਲਿਸ ਨੇ ਲੋਕਾਂ ਨੂੰ ਸੈਰ ਕਰਨ ਸਾਈਕਲਿੰਗ ਜਾਂ ਪਿਕਨਿਕ ਦੇ ਲਈ ਇੰਡੀਆ ਗੇਟ ਅਤੇ ਕਰਤੱਵਯਾ ਮਾਰਗ ਤੇ ਵੀ ਨਾ ਜਾਣਦੀ ਅਪੀਲ ਕੀਤੀ ਹੈ ਰੋਕ ਦਿੱਤਾ ਗਿਆ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਰੁਕਿਆ ਜਾਊਗਾ ਪੁਲਿਸ ਨੇ ਕਿਹਾ ਕਿ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਵਾਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਪਰ ਇਲਾਕੇ ਚ ਰਹਿਣ ਵਾਲੇ ਸਥਾਨਿਕ ਲੋਕਾਂ ਸੈਲਾਨੀਆਂ ਅਤੇ ਐਂਬੂਲੈਂਸਾਂ ਨੂੰ ਸਹੀ ਪਛਾਣ ਪੱਤਰ ਦਿਖਾਉਣ ਤੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਯਾਨੀ ਕਿ ਪੁੱਛਗਿੱਛ ਸਭ ਤੋਂ ਹੀ ਹੋਏਗੀ ਜੇ ਤੁਹਾਡਾ ਆਈ ਕਾਰਡ ਦੇਖ ਕੇ ਪਤਾ ਲੱਗੂ ਆਧਾਰ ਕਾਰਡ ਦੇਖ ਕੇ ਪਤਾ ਲੱਗੂ ਕਿ ਤੁਸੀਂ ਉਸੇ ਇਲਾਕੇ ਦੇ ਰਹਿਣ ਵਾਲੇ ਹੋ ਫਿਰ ਤੁਹਾਨੂੰ ਜਾਣ ਦਿੱਤਾ ਜਾਊਗਾ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਦੀ ਅਪੀਲ ਤੋਂ ਬਾਅਦ ਦਿੱਲੀ ਮੈਟਰੋ ਨੇ 8 9 ਤੇ 10 ਜਨ ਕਿ ਅੱਜ ਕੱਲ ਤੇ ਪਰਸੋਂ ਨੂੰ ਸਵੇਰੇ 4 ਵਜੇ ਤੋਂ ਲੈ ਕੇ ਨੈਟਵਰਕ ਦੀਆਂ ਸਾਰੀਆਂ ਲਾਈਨਾਂ ਤੇ ਟਰਮੀਨਲ ਸਟੇਸ਼ਨਾਂ ਤੋਂ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ। ਲੋਕਾਂ ਨੂੰ ਮੈਟਰੋ ਦੀਆਂ ਵੱਧ ਤੋਂ ਵੱਧ ਸੇਵਾਵਾਂ ਲੈਣ ਦੇ ਲਈ ਕਹਿ ਦਿੱਤਾ ਗਿਆ ਹੈ। ਸੋ ਦਿੱਲੀ ਤਕਰੀਬਨ ਬੰਦ ਹੋ ਚੁੱਕੀ ਹੈ। ਜੇ ਤੁਸੀਂ ਬਾਹਰ ਲੀਆਂ ਸਟੇਟਾਂ ਤੋਂ ਦਿੱਲੀ ਵੱਲ ਨੂੰ ਜਾ ਰਹੇ ਹੋ ਕੱਲ ਜਿਹੜੇ ਲੋਕ ਗਏ ਸੀ ਉਹਨਾਂ ਦੇ అనుਭਵ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਜਿਨ੍ਹਾਂ ਨੇ ਫਲਾਈਟਾਂ ਲੈਣ ਦੇ ਲਈ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਜੇ ਕਿਸੇ ਦੀ ਫਲਾਈਟ ਹੋਵੇ ਉਹ ਕੈਨਸਲ ਨਾ ਕਰਵਾਈ ਹੋਵੇ ਤੇ ਉਸੇ ਦਰਮਿਆਨ ਉਹਨੇ ਜਾਣਾ ਜ਼ਰੂਰੀ ਵੀ ਹੋਵੇ ਤਾਂ ਬਾਹਰਲੇ ਸੂਬੇ ਤੋਂ ਜੇ ਤੁਸੀਂ ਜਾਓਗੇ ਤੁਹਾਡੀ ਪੂਰੀ ਚੈਕਿੰਗ ਹੋਏਗੀ ਥਾਂ ਥਾਂ ਤੇ ਚੈਕਿੰਗ ਹੋਏਗੀ ਤੁਹਾਨੂੰ 5 ਘੰਟੇ ਦਾ ਸਫ਼ਰ ਸ਼ਾਇਦ 8 ਜਾਂ 10 ਘੰਟੇ ਦੇ ਵਿੱਚ ਪੂਰਾ ਕਰਨਾ ਪਵੇ ਕੱਲ ਤੇ ਪਰਸੋਂ ਨੂੰ ਕੀ ਹਾਲਾਤ ਹੋਣਗੇ ਤੁਸੀਂ ਸਮਝ ਸਕਦੇ ਹੋ ਕਿਉਂਕਿ ਦਿੱਲੀ ਦਾ ਹਵਾਈ ਅੱਡਾ ਵੀ ਨਵੀਂ ਦਿੱਲੀ ਦੇ ਵਿੱਚ ਆਉਂਦਾ ਹੈ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੂੰ ਕੱਲ ਨੂੰ ਰਾਸ਼ਟਰਪਤੀ ਵੱਲੋਂ ਰੱਖੇ G20 ਰਾਤਰੀ ਭੋਜ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਇਹ ਵੱਡੀ ਸਿਆਸੀ ਖਬਰ ਹੈ ਕਿ ਭਾਰਤ ਦੇ ਰਾਸ਼ਟਰਪਤੀ ਦਰਪਤੀ ਮੁਰਮੂ ਡਿਨਰ ਕਰਵਾਉਣਗੇ ਬਾਹਰਲੇ ਦੇਸ਼ਾਂ ਤੋਂ ਜਿਹੜੇ ਵੱਡੇ ਲੀਡਰ ਆਉਣਗੇ ਉਹਨਾਂ ਨੂੰ ਪਰ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਸੱਦਾ ਨਹੀਂ ਮਿਲਿਆ ਇਸ ਤੇ ਕਾਂਗਰਸ ਨੇ ਪ੍ਰਤੀਕਰਮ ਵੀ ਦਿੱਤਾ ਹੈ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਤੇ ਵਿਰੋਧੀ ਧਿਰ ਦੇ ਨਾਲ ਪੱਖਪਾਤ ਕਰਨ ਦੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰ ਨੂੰ ਸੱਦਾ ਨਾ ਦੇਣ ਦਾ ਫੈਸਲਾ ਲਿਆ ਹੈ ਤੇ ਇਹ ਇਹ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਦੱਸਦਾ ਹੈ ਇਹ ਸਾਨੂੰ ਦੱਸਦਾ ਹੈ ਕਿ ਭਾਰਤ ਦੀ 60% ਆਬਾਦੀ ਦੇ ਲੀਡਰ ਨੂੰ ਮਹੱਤਵ ਹੀ ਨਹੀਂ ਦਿੰਦੇ ਇਹ ਕੁਝ ਅਜਿਹਾ ਹੈ ਜਿਸ ਦੇ ਬਾਰੇ ਵਿੱਚ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਉਹਨਾਂ ਨੇ ਅਜਿਹਾ ਅਜਿਹਾ ਕਿਉਂ ਕੀਤਾ ਉਹਨਾਂ ਨੂੰ ਅਜਿਹਾ ਕਰਨ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ ਇਸ ਦੇ ਪਿੱਛੇ ਕਿਸ ਪ੍ਰਕਾਰ ਦੀ ਸੋਚ ਹੈ ਨੋ ਵਾਟਸ ਵਾਟਸ ਕੰਟਰੀ ਅਬਾਊਟ ਇਟ I mean they've decided not to invite the lead of the opposition it tells you it tells you something uh, I mean it it tells you that um, they don't value the the leader of 60% of india's population and you know it's something that people should think about why they are why they are feeling the need to do that and what is the type of thinking that goes behind that ਤੇ ਤੁਹਾਨੂੰ ਦੱਸ ਦਿੰਨੇ ਆ ਕਿ ਰਾਹੁਲ ਗਾਂਧੀ ਇਨੀ ਦਿਨੀ ਯੂਰਪ ਦੌਰੇ ਤੇ ਨੇ ਜਿਸ ਵਿੱਚ ਉਹ ਨੀਦਰਲੈਂਡ ਬੈਲਜੀਅਮ ਅਤੇ ਫਰਾਂਸ ਵਰਗੇ ਕਈ ਦੇਸ਼ਾਂ ਵਿੱਚ ਪਹੁੰਚ ਰਹੇ ਨੇ ਸੋ ਜਿੱਥੇ ਇੱਕ ਪਾਸੇ ਭਾਰਤ ਦੇ ਵਿੱਚ ਜੀ20 ਸੰਮੇਲਨ ਹੋ ਰਿਹਾ ਹੈ ਤੇ ਕਾਂਗਰਸ ਦੇ ਵੱਡੇ ਲੀਡਰ ਬਾਹਰ ਨੇ ਇਸ ਸਿਲਸਲੇ ਦੇ ਵਿੱਚ ਉਹਨਾਂ ਨੇ ਅੱਜ ਬ੍ਰਸਲਸ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉੱਥੋਂ ਹੀ ਇਹ ਬਿਆਨ ਦਿੱਤਾ ਐਸਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਅਡਾਨੀ ਤੋਂ ਦਿੱਕਤ ਕਿਉਂ ਹੈ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀਆਂ ਦੀ ਆਲੋਚਨਾ ਕਿਉਂ ਕਰਦੀ ਰਹਿੰਦੀ ਹੈ ਕਹਿੰਦੇ ਅਡਾਨੀ ਦੇ ਨਾਲ ਸਾਡੀ ਦਿੱਕਤ ਸਿਰਫ ਇੱਕੋ ਹੀ ਹੈ ਕਿ ਉਹ ਭਾਰਾ ਦੀਆਂ ਬੰਦਰਗਾਹਾਂ ਹਵਾਈ ਅੱਡਿਆਂ ਖੇਤੀਬਾੜੀ ਅਨਾਜ ਦੇ ਗੋਦਾਮ ਰੀਅਲ ਅਸਟੇਟ ਅਤੇ ਸੀਮਿੰਟ ਬਿਜ਼ਨਸ ਨੂੰ ਕੰਟਰੋਲ ਕਰਦੇ ਨੇ ਤੇ ਇਹ ਭਾਰਤ ਦੇ ਲਈ ਠੀਕ ਨਹੀਂ ਹੈ where we draw the line is the notion of crony capitalism. right. we don't have a problem with the private sector. we don't have a problem with the government sector. where we draw the line is where one or two people starts, start to financially control the whole country. right. and where one or two people or three people are running everything. that's where our problem begins. Uh, there's another element to this, which is. That government policies in India have systematically attacked the backbone of our um, employment system. If you look at who gives employment in India, it's the small and medium industry that gives employment in India. And demonetization and GST have devastated those structures. Right? So it's a it's a two-pronged attack that the government is carrying out. Number one, Impose a huge transaction cost on all small and medium businesses and ensure that you build two or three monopolies, monopolists who control pretty much everything. So, if you look at Mr. Adani, our problem with Mr. Adani is he controls the ports, he controls the airports, he controls agriculture, he controls the grain silos, he has real estate. I mean, he's everywhere and he's dominant everywhere. He controls cement, right? so we think that's counterproductive for the country and and on one side they are pushing this very monopolistic capital and on the other side they are devastating the small and medium people from where we are going to get a job that's why we are having an unemployment crisis سابقا ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਤੇ ਐਚਡੀ ਦੇਵ ਗੋੜਾ ਨੂੰ ਸੱਦਾ ਦਿੱਤਾ ਗਿਆ ਹੈ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੱਦਾ ਮਿਲਿਆ ਹੈ ਹਾਲਾਂਕਿ ਐਚ.ਡੀ. ਦੇਵਗੋੜਾ ਨੇ ਸੇਤ ਠੀਕ ਨਾ ਹੋਣ ਕਰਕੇ ਰਾਤਰੀ ਭੋਜ ਵਿੱਚ ਨਾ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਸੁਪਾਰਤ ਦੇ ਵਿੱਚ ਹੋਰ ਕੋਈ ਸਰਗਰਮੀ ਨਹੀਂ ਹੋ ਰਹੀ ਹੈ ਸਿਰਫ ਤੇ ਸਿਰਫ ਜੀ20 ਸੰਮੇਲਨ ਹੋ ਰਿਹਾ ਹੈ ਤੇ ਸਾਰਾ ਮੀਡੀਆ ਵੀ ਜੀ20 ਸੰਮੇਲਨ ਦੀ ਕਵਰੇਜ ਉੱਤੇ ਹੀ ਲੱਗਿਆ ਹੋਇਆ ਹੈ ਉੱਤਰਾਖੰਡ ਤੋਂ ਵੋਟਾਂ ਦੀ ਖਬਰ ਹੈ ਬਾਗੇਸ਼ਵਰ ਵਿਧਾਨ ਸਭਾ ਸੀਟ ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਫਿਰ ਜਿੱਤ ਦਰਜ ਕੀਤੀ ਹੈ ਬੀਜੇਪੀ ਉਮੀਦਵਾਰ ਪਾਰਵਤੀ ਦਾਸ ਨੇ ਇੱਥੇ ਕਾਂਗਰਸ ਦੇ ਬਸੰਤ ਕੁਮਾਰ ਨੂੰ 2400 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਬਾਗੇਸ਼ਵਰ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਚੋਣ ਅਧਿਕਾਰੀ ਅਨੁਰਾਦਾ ਪਾਲ ਨੇ ਦੱਸਿਆ ਕਿ ਪਾਰਵਤੀ ਦਾਸ ਨੂੰ 33247 ਵੋਟਾਂ ਮਿਲੀਆਂ ਜਦਕਿ ਬਸ কুমার ਨੂੰ 30800 42 ਵੋਟਾਂ ਮਿਲੀਆਂ ਨੇ ਉਹਨਾਂ ਐਲਾਨ ਕੀਤਾ ਕਿ ਬੀਜੇਪੀ ਉਮੀਦਵਾਰ ਨੇ 2405 ਵੋਟਾਂ ਦੇ ਫਰਕ ਨਾਲ ਸੀਟ ਜਿੱਤ ਲਈ ਹੈ ਬਾਗੇਸ਼ਵਰ ਉਪ ਚੋਣ ਦੇ ਲਈ 5 ਸਤੰਬਰ ਨੂੰ VOTING ਹੋਈ ਸੀ ਇੱਥੇ 55.44% ਦੀ VOTING ਹੋਈ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੀ ਧੂਪਗੁੜੀ ਵਿਧਾਨ ਸਭਾ ਸੀਟ ਸੂਬੇ ਦੀ ਸੱਤਾਤਾਰੀ ਤ੍ਰਿਣਮੂਲ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਤੋਂ ਖੋ ਲਈ ਹੈ ਤ੍ਰਿਣਮੂਲ ਉਮੀਦਵਾਰ ਨਿਰਮਲ ਚੰਦਰ ਰਾਏ ਨੇ 4313 ਵੋਟਾਂ ਦੇ ਫਰਕ ਨਾਲ ਇਹ ਸੀਟ ਜਿੱਤ ਲਈ ਪੇਸ਼ੇ ਤੋਂ ਕਾਲਜ ਦੇ ਪ੍ਰੋਫੈਸਰ ਨਿਰਮਲ ਚੰਦਰ ਰਾਏ ਨੂੰ 9696 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਵਿਰੋਧੀ ਬੀਜੇਪੀ ਦੀ ਤਾਪਸੀ ਰਾਏ ਨੂੰ 92648 ਵੋਟਾਂ ਮਿਲੀਆਂ ਇਸੇ ਤਰ੍ਹਾਂ ਕੇਰਲਾ ਵਿਧਾਨ ਸਭਾ ਦੀ ਪੁੱਥੁਪੱਲੀ ਸੀਟ ਦੇ ਉਪ ਚੋਣ ਦੇ ਵਿੱਚ ਵਿਰੋਧੀ ਗਠਜੋੜ ਕਾਂਗਰਸ ਯੂਡੀਐਫ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ ਕਾਂਗਰਸ ਦੇ ਚਾਂਦੀ ਓਮਨ ਨੇ ਇਹ ਉਪ ਚੋਣ 36000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ ਤਿਰੂਪਰਾ ਦੀ ਖ਼ਬਰ ਵੀ ਤੁਹਾਨੂੰ ਦੱਸ ਦਿੰਨੇ ਆ ਜਿੱਥੇ ਤਨਪੁਰ ਦੀ ਸੀਟ ਤੋਂ ਭਾਜਪਾ ਜੇਤੂ ਰਹੀ ਹੈ ਜਦਕਿ ਬਾਕਸਨਗਰ ਵਿਧਾਨ ਸਭਾ ਦੀ ਵਿਧਾਨ ਸਭਾ ਸੀਟ ਦੀਆਂ ਉਪ ਚੋਣਾਂ ਦੇ ਵਿੱਚ ਸੀਪੀਆਈਐਮ ਦੇ ਕੌਸ਼ਿਕ ਚੰਦਰ ਨੂੰ ਜਿੱਤ ਮਿਲੀ ਹੈ ਭਾਜਪਾ ਦੇ ਬਿੰਦੂ ਦੇਵਨਾਥ ਨੇ 30017 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਤੇ ਸੀਪੀਐਮ ਕੌਸ਼ਿਕ ਚੰਦਰ ਨੂੰ 11146 ਵੋਟਾਂ ਮਿਲੀਆਂ ਨੇ ਲਖਣੀ ਅਮਰੀਕੀ ਮੁਲਕ ਮੈਕਸੀਕੋ ਦੇ ਵਿੱਚ ਗਰਭਪਾਤ ਹੁਣ ਅਪਰਾਧ ਨਹੀਂ ਰਿਹਾ ਦੇਸ਼ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਵਿੱਚੋਂ ਹਟਾ ਦਿੱਤਾ ਹੈ ਮੈਕਸੀਕੋ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਸਜ਼ਾ ਵਾਲੀਆਂ ਧਰਾਵਾਂ ਤੋਂ ਬਾਹਰ ਕੱਢਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਹੁਣ ਮਹਿਲਾਵਾਂ ਦੇ ਲਈ ਗਰਭ ਨਾ ਰੱਖਣ ਦਾ ਫੈਸਲਾ ਕਰਨਾ ਜ਼ਿਆਦਾ ਇੱਥੇ ਸੌਖਾ ਹੋਏਗਾ ਅਦਾਲਤ ਨੇ ਗਰਭਪਾਤ ਤੇ ਲੱਗੀਆਂ ਸਾਰੀਆਂ ਕਾਨੂੰਨੀ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਹੈ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਗਰਭਪਾਤ ਤੇ ਰੋਕ ਲਾਉਣ ਵਾਲੇ ਸਾਰੇ ਕਾਨੂੰਨ ਗੈਰ ਸੰਵਿਧਾਨਿਕ ਕੋਰਟ ਨੇ ਕਾਨੂੰਨੀ ਵਿਵਸਥਾ ਨੂੰ ਹਟਾਉਣ ਦੇ ਆਦੇਸ਼ ਦਿੰਦੇ ਹੋਏ ਸਾਰੇ ਸਰਕਾਰੀ ਸਿਹਤ ਸੇਵਾਵਾਂ ਅਤੇ ਸੰਸਥਾਵਾਂ ਨੂੰ ਗਰਭਪਾਤ ਦੇ ਲਈ ਜ਼ਰੂਰੀ ਇੰਤਜ਼ਾਮ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਸਪੈਨ ਦੇ ਰਾਸ਼ਟਰਪਤੀ ਪੇड्रो ਸੰਚੇਸ ਨੂੰ ਕਰੋਨਾ ਹੋ ਗਿਆ ਇਸ ਕਰਕੇ ਹੁਣ ਉਹ ਭਾਰਤ ਵਿੱਚ ਹੋਣ ਵਾਲੇ G20 ਸੰਮੇਲਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਪੇड्रो ਸੰਚੇਸ ਨੂੰ G20 ਦੀ ਬੈਠਕ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਸੀ ਪਰ ਉਹਨਾਂ ਦਾ ਦੌਰਾ ਰੱਦ ਹੋ ਚੁੱਕਿਆ ਇਸ ਤੋਂ ਪਹਿਲਾਂ ਰੂਸ ਅਤੇ ਚੀਨ ਦੇ ਜਿਹੜੇ ਵੱਡੇ ਲੀਡਰ ਨੇ ਉਹ ਵੀ ਇਸ ਇਸ ਸੰਮੇਲਨ ਦੇ ਵਿੱਚ ਸ਼ਾਮਲ ਹੁੰ ਤੋਂ ਮਨਾ ਕਰ ਚੁੱਕੇ ਨੇ ਹਾਲਾਂਕਿ ਚੀਨ ਦੇ ਪ੍ਰਧਾਨ ਮੰਤਰੀ ਜ਼ਰੂਰ ਜੀ20 ਸਿਮੇਲਨ ਦੇ ਵਿੱਚ ਆਉਣਗੇ ਪਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਨਕਾਰ ਕਰ ਦਿੱਤਾ ਸੀ ਆਈਫੋਨ ਨਿਰਮਾਤਾ ਕੰਪਨੀ ਐਪਲ ਦੇ ਸ਼ੇਰਾਂ ਦੇ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ ਐਪਲ ਦੇ ਸ਼ੇਰਾਂ ਵਿੱਚ ਇਸ ਗਿਰਾਵਟ ਨੂੰ ਚੀਨ ਸਰਕਾਰ ਦੇ ਉਸ ਫੈਸਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਜਿਦੇ ਵਿੱਚ ਕਰਮਚਾਰੀਆਂ ਨੂੰ ਆਈਫੋਨ ਦੀ ਵਰਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਮਰੀਕੀ ਅਖਬਾਰ ਵਾਲ ਸਟ੍ਰੀਟ ਜਰਨਲ ਨੇ ਬੁੱਧਵਾਰ ਨੂੰ ਆਪਣੀ ਇੱਕ ਰਿਪੋਰਟ ਵਿੱਚ ਚੀਨ ਸਰਕਾਰ ਦੇ ਇਸ ਫੈਸਲੇ ਦਾ ਦਾਵਾ ਕੀਤਾ ਸੀ ਤੇ ਇਸ ਖਬਰ ਤੋਂ ਬਾਅਦ ਅਮਰੀਕੀ ਤਕਨੀਕੀ ਕੰਪਨੀ ਦੇ ਮੁਲਾਂਕਣ ਵਿੱਚ 6 ਫ ਤੇ ਕਰੀਬ ਹੈ ਉੱਤਰੀ ਕੋਰੀਆ ਦੇ ਲੀਡਰ ਕਿਮ ਜੋంగ్ ਨੇ ਇੱਕ ਪੰਡੂਬੀ ਨੂੰ ਨਾਮ ਦੇਣ ਦੇ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਹੈ। ਉਹਨਾਂ ਦਾ ਦਾਵਾ ਹੈ ਕਿ ਇਹ ਪੰਡੂਬੀ ਪਰਮਾਣੂ ਹਥਿਆਰ ਲਿਜਾ ਸਕਦੀ ਹੈ। ਇਸ ਪੰਡੂਬੀ ਦਾ ਮਤਲਬ ਹੈ ਕਿ ਜ਼ਮੀਨੀ ਯੁੱਧ ਵਿੱਚ ਹਥਿਆਰਾਂ ਦੇ ਨਸ਼ਟ ਹੋਣ ਤੋਂ ਬਾਅਦ ਉੱਤਰੀ ਕੋਰੀਆ ਸਮੁੰਦਰ ਰਾਹੀਂ ਆਪਣੇ ਦੁਸ਼ਮਣਾਂ ਤੇ ਹਮਲਾ ਕਰ ਸਕਦਾ ਹੈ। ਇੱਕ مایੂਸ ਕਰਨ ਵਾਲੀ ਖਬਰ ਵੀ ਤੁਹਾਨੂੰ ਦੱਸਣੀ ਪਏਗੀ ਕਿ ਦੇਸ਼ ਦੇ ਮਸ਼ਹੂਰ ਕਾਰਟਨਿਸਟ ਅਜੀਤ ਨੈਨਨ ਦਾ ਅੱਜ ਮੈਸੂਰ ਤੇ ਵਿੱਚ ਦੇਹਾਂਤ ਹੋ ਗਿਆ। ਉਮਰ ਸਿਰਫ 68 ਸਾਲ ਸੀ। ਇੰਡੀਆ ਟੁਡੇ ਮੈਗਜ਼ੀਨ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਹੋਈ ਕਾਰਟੂਨ ਸੀਰੀਜ਼ ਸੈਂਟਰ ਸਟੇਜ ਅਤੇ ਟਾਈਮਸ ਆਫ ਇੰਡੀਆ ਵਿੱਚ ਪ੍ਰਕਾਸ਼ਿਤ ਹੋਈ ਨੈਂਸ ਵਰਲਡ ਦੇ ਲਈ ਉਜਾਣੇ ਜਾਂਦੇ ਸਨ ਉਹਨਾਂ ਦਾ ਇੱਕ ਮਸ਼ਹੂਰ ਕਾਰਟੂਨ ਡਿਟੈਕਟਿਵ ਮੂਛੋ ਵਾਲਾ ਬੱਚਿਆਂ ਦੀ ਮੈਗਜ਼ੀਨ ਟਾਰਗੇਟ ਦੇ ਵਿੱਚ ਵੀ ਪ੍ਰਕਾਸ਼ਿਤ ਹੋਇਆ ਕਰਦਾ ਸੀ ਪੀਟੀਏ ਮੁਤਾਬਕ ਉਹਨਾਂ ਦੀ ਮੌਤ ਹੈ ਜਿਹੜੀ ਉਹ ਸ਼ਾਇਦ ਕਾਰਡੀਕ ਅਰੇਸਟ ਦੇ ਨਾਲ ਹੋਈ ਹੈ ਅੱਜਕੱਲ ਤਕਰੀਬਨ ਆਪਾਂ ਸੁਣਦੇ ਹਾਂ ਕਿ ਅਚਾਨਕ ਲੋਕਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਜਾਂ ਫਿਰ ਕਾਰਡੀਕ ਅਰੇਸਟ ਯਾਨੀ ਕਿ ਸਾਰੇ ਆਰਗਨ ਜਿਹੜੇ ਨੇ ਸਾਰੇ ਸਰੀਰ ਦੇ ਅੰਗ ਉਹ ਫੇਲ ਹੋ ਜਾਂਦੇ ਨੇ ਰੁਕ ਜਾਂਦੇ ਨੇ ਤੇ ਇਨਸਾਨ ਦੀ ਇੱਕਦਮ ਮੌਤ ਹੋ ਜਾਂਦੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।